ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਪੰਜਾਬ ਚ ਘੜੀਆਂ ਤੇ ਹੋ ਰਹੇ ਨੇ ਰਾਤ ਦੇ ਸਹੀ 8:31 ਤੇ ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਸਾਡਾ ਪ੍ਰੋਗਰਾਮ ਵੱਖ ਵੱਖ ਫੋਨ ਜਿਹੜੇ ਹੈਗੇ ਨੇ ਐਂਡਰਾਇਡ ਫੋਨ ਦੇ ਉੱਤੇ ਐਪ ਤੇ ਸੁਣ ਸਕਦੇ ਹੋ ਤੇ ਨਾਲ ਹੀ ਤੁਸੀਂ ਸੁਣ ਸਕਦੇ ਹੋ ਆਈਫੋਨ ਦੀ ਐਪ ਦੇ ਉੱਤੇ ਤੇ www.radiobazaarkhalsa.com ਤੇ ਤੁਸੀਂ ਸਿੱਧਿਆ ਸਾਈਟ ਦੇ ਉੱਤੇ ਜਾ ਕੇ ਵੀ ਸਾਡਾ ਇਹ ਪ੍ਰੋਗਰਾਮ ਸੁਣ ਸਕਦੇ ਹੋ। ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਡਾ ਇਹ ਪ੍ਰੋਗਰਾਮ ਵੱਖ ਵੱਖ ਮਾਧਿਅਮਾਂ ਦੇ ਜ਼ਰੀਏ ਸੁਣਿਆ ਜਾ ਸਕਦਾ ਤੇ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਤੁਸੀਂ ਬਾਅਦ ਦੇ ਵਿੱਚ ਯੂਟਿਊਬ ਤੇ ਜਾ ਕੇ ਸੁਣ ਸਕਦੇ ਹੋ। ਇਹਦੇ ਨਾਲ ਹੀ ਸਾਡੀ ਐਪ ਦੇ ਵਿੱਚ ਕੁਝ ਅਜਿਹੀਆਂ ਅਸੀਂ ਦੱਸ ਦਈਏ ਕਿ ਤੁਹਾਨੂੰ ਇੰਤਜ਼ਾਮਾਤ ਕੀਤੇ ਗਏ ਨੇ ਜਿਨ੍ਹਾਂ ਦੇ ਰਾਹੀਂ ਤੁਸੀਂ ਸਾਡੇ ਪਿਛਲੇ ਪ੍ਰੋਗਰਾਮ ਵੀ ਸੁਣ ਸਕਦੇ ਹੋ। ਜੇਕਰ ਤੁਸੀਂ ਆਸਟ੍ਰੇਲੀਆ, ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਵਿੱਚ ਰਹਿ ਰਹੇ ਹੋ ਤਾਂ ਵੱਖ ਵੱਖ ਫੋਨ ਨੰਬਰਾਂ ਦੇ ਜ਼ਰੀਏ ਤੁਸੀਂ ਸਾਡਾ ਇਹ ਪ੍ਰੋਗਰਾਮ ਸੁਣ ਸਕਦੇ ਹੋ। ਅਮਰੀਕਾ ਦੇ ਵਿੱਚ ਤੁਸੀਂ 563-999-8388 ਦੇ ਉੱਤੇ ਡਾਇਲ ਕਰਕੇ ਸਾਡਾ ਇਹ ਪ੍ਰੋਗਰਾਮ ਸੁਣ ਸਕਦੇ ਹੋ। ਕੈਨੇਡਾ ਦੇ ਵਿੱਚ ਤੁਸੀਂ ਸਾਡਾ ਇਹ ਪ੍ਰੋਗਰਾਮ ਸੁਣ ਸਕਦੇ ਹੋ 647-557-1012 ਤੇ। ਕੈਨੇਡਾ ਦਾ ਇਹ ਇੱਕ ਹੋਰ ਨੰਬਰ ਹੈ 860-675-1441। ਤੇ ਯੂਕੇ ਵਾਲੇ ਜਿਹੜੇ ਸਾਡੇ ਸੱਜਣ ਨੇ, ਜਿਹੜੇ ਸਾਡੇ ਸਰੋਤੇ ਨੇ, ਉਹ ਸਾਨੂੰ 44-330-6-0924 ਦੇ ਉੱਤੇ ਡਾਇਲ ਕਰਕੇ ਸੁਣ ਸਕਦੇ ਨੇ। ਤੇ ਆਸਟ੍ਰੇਲੀਆ ਦੇ ਵਿੱਚ ਸਾਨੂੰ 028-072-5120 ਦੇ ਉੱਤੇ ਸੁਣਿਆ ਜਾ ਸਕਦਾ। ਜੇਕਰ ਤੁਸੀਂ ਸਾਡੇ ਨਾਲ ਸਟੂਡੀਓ ਚ ਗੱਲ ਕਰਨੀ ਚਾਹੁੰਦੇ ਹੋ, ਸਾਨੂੰ ਸਵਾਲ ਕਰਨਾ ਚਾਹੁੰਦੇ ਹੋ ਜਾਂ ਆਪਣੇ ਵਿਚਾਰਾਂ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ US ਵਾਲੇ ਜਿਹੜੇ ਸਾਡੇ ਸੱਜਣ ਨੇ, ਉਹ ਸਾਨੂੰ 888-602-4740 ਅਤੇ 214-390-4465 ਤੇ ਡਾਇਲ ਕਰਕੇ ਕਰ ਸਕਦੇ ਹੋ। ਕੈਨੇਡਾ ਦੇ ਜਿਹੜੇ ਸਾਡੇ ਸੱਜਣ ਨੇ, ਉਹ 888-602-4740 ਤੇ ਡਾਇਲ ਕਰਕੇ ਕਰ ਸਕਦੇ ਆ ਤੇ ਆਸਟ੍ਰੇਲੀਆ ਦੇ ਜਿਹੜੇ ਸਾਡੇ ਸੱਜਣ ਨੇ, ਉਹ ਸਾਨੂੰ 6-139-001 ਅਤੇ 86-84 ਤੇ ਡਾਇਲ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਨੇ। ਸੋ ਮੈਂ ਸੁਰਿੰਦਰ ਸਿੰਘ ਹਾਜ਼ਰ ਹਾਂ ਜੀ ਪ੍ਰੋਗਰਾਮ ਦੀਵੇ ਦੀ ਲੋ ਲੈ ਕੇ ਤੇ ਅੱਜ ਅਸੀਂ ਦੀਵੇ ਦੀ ਲੋ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਸਵਰਗਵਾਸੀ ਭਗਤ ਪੂਰਨ ਸਿੰਘ ਪਿੰਗਲਵਾੜਾ ਅਤੇ ਹਾਕੀ ਦੇ ਬੇਤਾਜ ਪਾਤਸ਼ਾਹ ਬਲਬੀਰ ਸਿੰਘ ਸੀਨੀਅਰ ਬਾਰੇ। ਕਾਫੀ ਸਮੇਂ ਤੋਂ ਮਨ ਦੇ ਵਿੱਚ ਵਿਚਾਰ ਆਉਂਦਾ ਸੀ ਕਿ ਸਵਰਗਵਾਸੀ ਭਗਤ ਪੂਰਨ ਸਿੰਘ ਪਿੰਗਲਵਾੜਾ ਬਾਰੇ ਗੱਲ ਕੀਤੀ ਜਾਏ ਤੇ ਨਾਲ ਹੀ ਗੱਲ ਕਰੀਏ ਅਸੀਂ ਹਾਕੀ ਦੇ ਬੇਤਾਜ ਪਾਤਸ਼ਾਹ ਬਲਬੀਰ ਸਿੰਘ ਸੀਨੀਅਰ ਬਾਰੇ। ਆਪਣੇ ਪੱਤਰਕਾਰੀ ਦੇ ਜੀਵਨ ਦੇ ਦੌਰਾਨ ਮੈਨੂੰ ਇਹਨਾਂ ਵਿਸ਼ਿਆਂ ਤੇ ਕੰਮ ਕਰਨ ਦਾ ਮੌਕਾ ਮਿਲਿਆ ਜਿਹੜੇ ਇਹ ਸੋਚਣ ਲਈ ਮਜਬੂਰ ਕਰ ਗਏ ਕਿ ਸਿੱਖ ਆਪਣੇ ਨਾਇਕਾਂ ਦਾ ਉਚਿਤ ਅਤੇ ਬਣਦਾ ਸਤਿਕਾਰ ਨਹੀਂ ਕਰ ਸਕੇ। ਮੈਂ ਜਦੋਂ ਡੇ ਐਂਡ ਨਾਈਟ ਚੈਨਲ ਤੇ ਕੰਮ ਕਰਦਾ ਸੀ ਤਾਂ ਮੈਨੂੰ ਸਵੱਬ ਦੇ ਨਾਲ ਹੀ ਪਿੰਗਲਵਾੜੇ ਅੰਮ੍ਰਿਤਸਰ ਜਾਣ ਦਾ ਮੌਕਾ ਮਿਲਿਆ ਸੀ ਤੇ ਪਿੰਗਲਵਾੜੇ ਦਾ ਨਾਮ ਸੁਣਦੇ ਹੀ ਸਾਡੇ ਬਹੁਤਿਆਂ ਦੇ ਦਿਮਾਗ ਚ ਇੱਕ ਅਜਿਹੇ ਨਰਕ ਦੀ ਤਸਵੀਰ ਬਣ ਜਾਂਦੀ ਹੈ ਜਿੱਥੇ ਬਹੁਤ ਜ਼ਿਆਦਾ ਬੁਰਾ ਹਾਲ, ਪਾਟੇ ਹੋਏ ਕੱਪੜਿਆਂ ਬਾਰੇ, ਮੈਲੇ ਕਚੈਲੇ ਕੱਪੜਿਆਂ ਵਾਲੇ ਬੱਚੇ, ਬੁੱਢੇ, ਬਜ਼ੁਰਗ, ਪਾਗਲ ਲੋਕ ਉਹ ਸਾਨੂੰ ਦਿਖਾਈ ਦੇਣ ਲੱਗਦੇ ਨੇ। ਮੈਂ ਵੀ ਕੁਝ ਅਜਿਹਾ ਸੋਚਦਾ ਸੀ, ਕੁਝ ਅਜਿਹਾ ਹੀ ਵਿਚਾਰ ਰੱਖਦਾ ਸੀ, ਪਰ ਜਦੋਂ ਮੈਂ ਉੱਥੇ ਗਿਆ ਤਾਂ ਜੋ ਕੁਝ ਮੈਂ ਦੇਖਿਆ ਤਾਂ ਅਜਿਹਾ ਕੁਝ ਬਿਲਕੁਲ ਵੀ ਨਹੀਂ ਸੀ। ਗੁਰਦੁਆਰਿਆਂ ਚ ਪਿੰਗਲਵਾੜੇ ਦੇ ਨਾਮ ਦੀਆਂ ਗੋਲਕਾਂ ਤੇ ਮੁਫ਼ਤ ਲਿਟਰੇਚਰ ਵੰਡਣ ਦੀਆਂ ਜਿਹੜੀਆਂ ਸਟਾਲਾਂ ਲੱਗੀਆਂ ਹੁੰਦੀਆਂ ਨੇ, ਉਹਨਾਂ ਨੂੰ ਜਦੋਂ ਤੋਂ ਅਸੀਂ ਨਿੱਕੇ ਹੁੰਦੇ ਦੇਖਦੇ ਸੀ ਤਾਂ ਮਨ ਦੇ ਵਿੱਚ ਡੂੰਘਾਈ ਦੇ ਨਾਲ ਇਹ ਜਾਣਨ ਦੀ ਇੱਛਾ ਪੈਦਾ ਨਹੀਂ ਸੀ ਉਸ ਵੇਲੇ ਕਿ ਆਖਿਰ ਪਿੰਗਲਵਾੜਾ ਹੈ ਕੀ ਹੈ, ਕਿਉਂਕਿ ਛੋਟੀ ਉਮਰ ਹਮੇਸ਼ਾ ਰੰਗ ਬਿਰੰਗੀਆਂ ਚੀਜ਼ਾਂ ਨੂੰ ਦੇਖਣ ਦੀ ਚਾਹਨਾ ਰੱਖਦੀ ਹੈ ਤੇ ਇਸ ਲਈ ਪਿੰਗਲਵਾੜੇ ਦੇ ਬਲੈਕ ਐਂਡ ਵਾਈਟ ਚਿਹਰੇ ਨੂੰ ਦੇਖਣ ਦਾ ਕਦੇ ਮਨ ਦੇ ਵਿੱਚ ਕਰੁਬਲ ਨਹੀਂ ਫੁੱਟੀ, ਕਦੇ ਮਨ ਦੇ ਵਿੱਚ ਅਜਿਹਾ ਅਹਿਸਾਸ ਨਹੀਂ ਹੋਇਆ। ਪਿੰਗਲਵਾੜਾ ਨਾਮ ਵੀ ਛੋਟੀ ਉਮਰ ਚ ਕੋਈ ਖਿੱਚ ਪੈਦਾ ਨਹੀਂ ਸੀ ਕਰਦਾ ਹੈਗਾ, ਬੜਾ ਅਜੀਬ ਜਾ ਬੋਰਿੰਗ ਜਾ ਇੱਕ ਨਾਮ ਲੱਗਦਾ ਸੀ ਉਹਨੂੰ ਪਿੰਗਲਵਾੜਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਮਾਂ ਬਾਪ ਤੇ ਅਧਿਆਪਕਾਂ ਨੇ ਸਾਨੂੰ ਪਿੰਗਲਵਾੜੇ ਤੇ ਇਹਦੇ ਬਾਨੀ ਭਗਤ ਪੂਰਨ ਸਿੰਘ ਜੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ,
ਨਾ ਸਾਡੇ ਮਾਂ ਪਿਓ ਨੇ ਦਿੱਤੀ, ਨਾ ਸਾਡੇ ਅਧਿਆਪਕਾਂ ਨੇ ਦਿੱਤੀ। ਮੈਨੂੰ ਇਸ ਪਿੱਛੇ ਵੀ ਕੋਈ, ਅਸੀਂ ਵਾਰ ਵਾਰ ਉਸ ਸਾਜਿਸ਼ ਦੀ ਗੱਲ ਕਰਦੇ ਹਾਂ, ਉਦੋਂ ਲੱਗਦਾ ਸੀ ਕਿ ਸਾਜਿਸ਼ ਹੈ, ਪਰ ਅਸੀਂ ਆਪ ਵੀ ਇਸ ਦੇ ਲਈ ਜ਼ਿੰਮੇਵਾਰ ਹਾਂ ਤੇ ਇਹਦੇ ਪਿੱਛੇ ਕੁਛ ਕਾਰਨ ਦਿਖਾਈ ਦਿੰਦੇ ਨੇ ਹੁਣ ਇਸ ਉਮਰ ਚ ਆ ਕੇ। ਤੇ ਇੱਥੇ ਜਦੋਂ ਅਸੀਂ ਘਟਨਾਵਾਂ ਦਾ ਜੋੜ ਤੋੜ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਅਸੀਂ ਘਟਨਾਵਾਂ ਨੂੰ ਅਜਿਹੇ ਤਰੀਕੇ ਨਾਲ ਦੇਖਦੇ ਹਾਂ ਤਾਂ ਸਾਨੂੰ ਜਿਹੜਾ ਹੈ ਉਹ ਲੱਗਦਾ ਕਿ ਅਸੀਂ ਕਿਵੇਂ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ। ਭਗਤ ਪੂਰਨ ਸਿੰਘ ਜੀ ਦਾ ਜਨਮ ਇੱਕ ਹਿੰਦੂ ਪਰਿਵਾਰ ਚ ਹੋਇਆ ਸੀ ਤੇ ਉਹਨਾਂ ਨੇ ਭਾਰਤ ਨੂੰ ਮਿਲੀ ਅਖੌਤੀ ਆਜ਼ਾਦੀ ਤੋਂ ਬਹੁਤ ਸਾਲ ਪਹਿਲਾਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਤੋਂ ਇੱਕ ਮੰਦ ਬੁੱਧੀ ਲਾਵਾਰਸ ਬੱਚੇ ਦੀ ਸਾਂਭ ਸੰਭਾਲ ਆਪਣੇ ਹੱਥਾਂ ਚ ਲੈਣ ਦੇ ਨਾਲ ਪਿੰਗਲਵਾੜੇ ਦੀ ਸ਼ੁਰੂਆਤ ਕੀਤੀ ਸੀ। 1947 ਤੋਂ ਬਾਅਦ ਜਿਹੜੀ ਬਾਂਦਰ ਵੰਡ ਹੋਈ ਭਾਰਤ ਪਾਕਿਸਤਾਨ ਦੇ, ਉਹਦੇ ਤੋਂ ਬਾਅਦ ਭਗਤ ਪੂਰਨ ਸਿੰਘ ਜੀ ਅੰਮ੍ਰਿਤਸਰ ਆ ਗਏ ਤੇ ਅੰਮ੍ਰਿਤਸਰ ਆ ਕੇ ਉਹਨਾਂ ਨੇ ਆਪਣੇ ਪੱਕੇ ਡੇਰੇ ਲਾ ਲਏ। ਇੱਥੇ ਉਹਨਾਂ ਨੇ ਪਿੰਗਲਿਆਂ, ਅੰਗਹੀਨ, ਅਪਾਹਜਾਂ, ਪਾਗਲਾਂ, ਲਵਾਰਸ ਬੱਚਿਆਂ, ਬਜ਼ੁਰਗਾਂ ਤੇ ਹੋਰ ਬਹੁਤ ਸਾਰੇ ਬਿਮਾਰ ਲੋਕਾਂ ਦੀ ਜਿਹੜੀ ਸਾਂਭ ਸੰਭਾਲ ਹੈ ਅਤੇ ਉਹਨਾਂ ਦਾ ਇਲਾਜ ਹੈ ਉਹ ਇਸ ਤਰ੍ਹਾਂ ਕੀਤਾ ਜਿਵੇਂ ਉਹ ਉਹਨਾਂ ਦੇ ਆਪਣੇ ਧੀਆਂ ਪੁੱਤ ਤੇ ਮਾਂ ਬਾਪ ਹੋਣ। ਤੇ ਉਹਨਾਂ ਨੇ ਆਪਣੇ ਜਿਉਂਦੇ ਜੀ ਸੈਂਕੜੇ ਨਹੀਂ ਹਜ਼ਾਰਾਂ ਲੱਖਾਂ ਲੋਕਾਂ ਦੀ ਸੇਵਾ ਕੀਤੀ, ਹਜ਼ਾਰਾਂ ਹੀ ਲੱਖਾਂ ਲੋਕਾਂ ਦੀ ਸੇਵਾ ਕੀਤੀ। ਉਹ ਇਹੋ ਜਿਹੇ ਜ਼ਖਮੀ ਲੋਕਾਂ ਨੂੰ ਜਿਨ੍ਹਾਂ ਦੇ ਜ਼ਖਮ ਕਈ ਕਈ ਮਹੀਨੇ ਪੁਰਾਣੇ ਹੋ ਚੁੱਕੇ ਹੁੰਦੇ ਸਨ ਤੇ ਉਹਨਾਂ ਚ ਕੀੜੇ ਚੱਲਣ ਲੱਗਦੇ ਸਨ, ਉਹਨਾਂ ਨੂੰ ਖੁਦ ਆਪਣੇ ਹੱਥਾਂ ਨਾਲ ਸਾਫ਼ ਕਰਦੇ, ਉਹਨਾਂ ਤੇ ਮੱਲਮ ਪੱਟੀ ਕਰਦੇ। ਇੱਕ ਟੈਂਟ ਚ ਕੁਝ ਮਰੀਜ਼ਾਂ ਨਾਲ ਜਿਹੜਾ ਪਿੰਗਲਵਾੜਾ ਸ਼ੁਰੂ ਕੀਤਾ ਗਿਆ ਸੀ ਟੈਂਟ ਲਗਾ ਕੇ, ਕਿਉਂਕਿ ਉਦੋਂ ਪ੍ਰਸ਼ਾਸਨ ਨੇ ਥਾਂ ਵੀ ਨਹੀਂ ਸੀ ਦਿੱਤੀ, ਥਾਂ ਉਹਨਾਂ ਕੋਲ ਹੈ ਵੀ ਨਹੀਂ ਸੀ, ਤਾਂ ਉਹ ਜਿਹੜਾ ਸ਼ੁਰੂ ਕੀਤਾ ਸੀ ਟੈਂਟ ਚ ਪਿੰਗਲਵਾੜਾ, ਉਹ ਮਨੁੱਖਤਾ ਦਾ ਇੱਕ ਬਹੁਤ ਵੱਡਾ ਕੇਂਦਰ ਬਣ ਕੇ ਭਗਤ ਪੂਰਨ ਸਿੰਘ ਜੀ ਨੇ ਜੋ ਕਾਰਜ ਕੀਤਾ ਉਹ ਸਾਡੀ ਗਵਾਹੀ ਜਾਂ ਤਸਦੀਕ ਨਹੀਂ ਮੰਗਦਾ ਕਿ ਇਹ ਬਹੁਤ ਵੱਡਾ ਕਾਰਜ ਹੈ। ਇਹ ਸਾਰਾ ਕੁਝ ਪਿੰਗਲਵਾੜੇ ਚ ਜਾ ਕੇ ਪਤਾ ਚੱਲਦਾ ਕਿ ਸੇਵਾ ਦਾ ਅਸਲ ਕੇਂਦਰ ਇਹ ਹੈ, ਪਿੰਗਲਵਾੜਾ ਜਿਹੜਾ ਹੈ ਉਹ ਸੇਵਾ ਦਾ ਅਸਲ ਕੇਂਦਰ ਹੈ। ਇਹ ਸਭ ਕੁਝ ਪਿੰਗਲਵਾੜੇ ਜਾ ਕੇ ਪਤਾ ਲੱਗਿਆ ਸਾਨੂੰ। ਡਾਕਟਰ ਬੀਬੀ ਇੰਦਰਜੀਤ ਕੌਰ ਅੱਜ ਕੱਲ ਇਸ ਕੇਂਦਰ ਨੂੰ ਚਲਾ ਰਹੀ ਹੈ ਤੇ ਪਿੰਗਲਵਾੜੇ ਦੇ ਪ੍ਰਬੰਧ ਹੇਠ ਬਹੁਤ ਸਾਰੇ ਸਕੂਲ, ਹਸਪਤਾਲ, ਡਿਸਪੈਂਸਰੀਆਂ ਤੇ ਸਾਂਭ ਸੰਭਾਲ ਦੇ ਜਿਹੜੇ ਕੇਂਦਰ ਨੇ ਉਹ ਚੱਲ ਰਹੇ ਨੇ, ਜਿੱਥੇ ਹਜ਼ਾਰਾਂ ਦੀ ਗਿਣਤੀ ਚ ਪਾਗਲ, ਅਪਾਹਜ ਤੇ ਲਵਾਰਸ ਲੋਕਾਂ ਨੂੰ ਸੰਭਾਲਿਆ ਜਾ ਰਿਹਾ, ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਹਜ਼ਾਰਾਂ ਗਰੀਬ ਪਰਿਵਾਰਾਂ ਦੇ ਬੱਚੇ ਪਿੰਗਲਵਾੜੇ ਵੱਲੋਂ ਚਲਾਏ ਜਾ ਰਹੇ ਜਿਹੜੇ ਸਕੂਲ ਨੇ ਉਹਨਾਂ ਚ ਹਾਈ ਲੈਵਲ ਦੀ, ਉੱਚ ਪੱਧਰ ਦੀ ਸਿੱਖਿਆ ਹਾਸਲ ਕਰ ਰਹੇ ਨੇ। ਭਗਤ ਪੂਰਨ ਸਿੰਘ ਜੀ ਦੀ ਸਿੱਖ ਕੌਮ ਨੂੰ ਇਹ ਇੱਕ ਬਹੁਤ ਵੱਡੀ ਦੇਣ ਹੈ। ਇੱਕ ਹਿੰਦੂ ਪਰਿਵਾਰ ਚ ਜਨਮ ਲੈਣ ਦੇ ਬਾਅਦ ਸਿੱਖੀ ਧਾਰਨ ਕਰਨੀ ਤੇ ਫਿਰ ਅਜਿਹੇ ਕਾਰਜ ਨੂੰ ਹੱਥ ਪਾਉਣਾ ਜਿਹਦੇ ਲਈ ਵੱਡੇ ਤੋਂ ਵੱਡੇ ਦਾਨੀ ਵੀ ਪਿੱਛੇ ਹਟ ਜਾਂਦੇ ਨੇ, ਹਿਚਕਚਾ ਜਾਂਦੇ ਨੇ, ਪੈਰ ਪਿੱਛੇ ਪੁੱਟ ਲੈਂਦੇ ਨੇ। ਮੁਲਕ ਦੀ ਬਹੁਗਿਣਤੀ ਦੇ ਜਿਹੜੇ ਲੀਡਰ ਨੇ, ਹਿੰਦੂ ਲੀਡਰ ਨੇ ਜਿਹੜੇ, ਉਹਨਾਂ ਨੂੰ ਇਹ ਗੱਲ ਕਿਵੇਂ ਚੰਗੀ ਲੱਗ ਸਕਦੀ ਸੀ ਭਗਤ ਪੂਰਨ ਸਿੰਘ ਦੀ। ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ। ਹਿੰਦੂ ਬਹੁਲਵਾਦ ਨੇ ਤਾਂ ਭਗਤ ਪੂਰਨ ਸਿੰਘ ਦੇ ਕਾਰਜ ਨੂੰ ਹਾਸ਼ੀਏ ਤੇ ਰੱਖਣਾ ਹੀ ਸੀ, ਇਹ ਗੱਲ ਸਮਝ ਤਾਂ ਪੈਂਦੀ ਹੈ, ਪਰ ਸਿੱਖ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੇ ਇੰਸਟੀਚਿਊਟ ਭਗਤ ਪੂਰਨ ਸਿੰਘ ਜੀ ਨਾਲ ਜਿਵੇਂ ਕਿਸੇ ਗੱਲੋਂ ਦਿਲੋਂ ਨਾਰਾਜ਼ ਹੋਣ, ਇਸ ਗੱਲੋਂ ਨਾਰਾਜ਼ ਹੋ ਸਕਦੇ ਨੇ, ਇਹ ਮੇਰੇ ਮਨ ਦੇ ਵਿੱਚ ਮਹਿਸੂਸ ਹੋਇਆ, ਮੈਨੂੰ ਮਹਿਸੂਸ ਹੋਇਆ ਕਿ ਇਹ ਸਿੱਖ ਸੰਸਥਾਵਾਂ ਦਾ ਭਗਤ ਪੂਰਨ ਸਿੰਘ ਜੀ ਨਾਲ ਕੀ ਕਾਰਨ ਹੋ ਸਕਦਾ ਉਹਨਾਂ ਨੂੰ ਦੂਰ ਰੱਖਣ ਦਾ, ਉਹਨਾਂ ਨਾਲ ਵਿਤਕਰਾ ਕਰਨ ਦਾ ਜਾਂ ਉਹਨਾਂ ਬਾਰੇ ਕੋਈ ਗੱਲ ਨਾ ਕਰਨ ਦਾ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰਚਰਨ ਸਿੰਘ ਟੌੜੇ ਜਿਹੇ ਬੰਦਿਆਂ ਨੂੰ ਮਰਨ ਤੋਂ ਬਾਅਦ ਪੰਥ ਰਤਨ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਉਂਦੇ ਜੀ ਫਖਰੇ ਕੌਮ ਦੀ ਜਿਹੜੀ ਉਪਾਧੀ ਦੇਣ ਚ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਅਦ ਜੇ ਕੋਈ ਢਿੱਲ ਨਹੀਂ ਕੀਤੀ ਗਈ
ਤਾਂ ਮਰਹੂਨ ਸਵਰਗਵਾਸੀ ਭਗਤ ਪੂਰਨ ਸਿੰਘ ਨੂੰ ਸੰਤ ਅਤੇ ਭਗਤ ਦੀ ਉਪਾਧੀ ਦੇਣ ਚ ਇੰਨੀ ਦੇਰ ਕਿਉਂ ਲਾਈ ਜਾ ਰਹੀ ਹੈ? ਇਹ ਸਵਾਲ ਹੋਰ ਵੱਡਾ ਹੁੰਦਾ ਜਾਂਦਾ, ਹੋਰ ਵੱਡਾ ਹੁੰਦਾ ਜਾਂਦਾ ਤੇ ਸਾਡੇ ਮਨਾਂ ਨੂੰ ਕਟੋਚਦਾ ਅੰਦਰੋਂ। ਕਦੋਂ ਕਟੋਚਦਾ? ਜਦੋਂ ਮਦਰ ਟਰੇਸਾ ਨਾਮ ਦੀ ਜਿਹੜੀ ਸਮਾਜ ਸੇਵਿਕਾ ਹੈ, ਉਹਨੇ ਬਹੁਤ ਸੇਵਾ ਕੀਤੀ ਮਦਰ ਟਰੇਸਾ ਨੇ, ਉਹ ਸਤਿਕਾਰ ਦੀ ਪਾਤਰ ਹੈ। ਉਹਨੇ ਵੀ ਭਗਤ ਪੂਰਨ ਸਿੰਘ ਜੀ ਵਾਂਗ ਕੰਮ ਕੀਤਾ, ਗਰੀਬ ਬਸਤੀਆਂ ਚ ਜਾ ਕੇ, ਝੁੱਗੀਆਂ ਝੋਪੜੀਆਂ ਚ ਜਾ ਕੇ। ਤੇ ਉਹ ਜਿਹੜੀ ਮਦਰ ਟਰੇਸਾ ਨੂੰ ਮਰਨ ਤੋਂ ਬਾਅਦ ਜਿਹੜੀ ਸੰਤ ਦੀ ਉਪਾਧੀ ਦਿੱਤੀ ਗਈ ਹੈ, ਉਹ ਬਹੁਤ ਵਧੀਆ ਗੱਲ ਹੈ। ਤੇ ਇਹ ਕਿਵੇਂ ਦਿੱਤੀ ਗਈ ਹੈ ਇਹ ਸਾਰਿਆਂ ਨੂੰ ਪਤਾ। ਜਿਹੜੀ ਚਰਚ ਹੁੰਦੀ ਹੈ ਨਾ, ਕੈਥੋਲਿਕ ਚਰਚ, ਉਹ ਪੁਣ ਛਾਣ ਕਰਦੀ ਹੈ ਸਾਰੀ ਜ਼ਿੰਦਗੀ ਬਾਰੇ ਬੰਦੇ ਦੀ ਜਿਹਨੂੰ ਸੰਤ ਦੀ ਉਪਾਧੀ ਦੇਣੀ ਹੋਵੇ, ਤੇ ਉਸ ਜਨਮ ਤੋਂ ਲੈ ਕੇ ਮਰਨ ਤੱਕ, ਉਹ ਤੋਂ ਬਾਅਦ ਮਰਨ ਤੋਂ ਬਾਅਦ ਸੰਤ ਦੀ ਉਪਾਧੀ ਦਿੰਦੀ ਹੈ ਕੈਥੋਲਿਕ ਚਰਚ। ਤੇ ਉਸ ਦੇ ਵਿੱਚ ਦੇਖਦੇ ਨੇ ਕਿ ਉਹਦੇ ਜੀਵਨ ਦੇ ਵਿੱਚ ਕੋਈ ਦਾਗ ਤਾਂ ਨਹੀਂ, ਕੋਈ ਕਮੀ ਤਾਂ ਨਹੀਂ। ਕਿਵੇਂ ਹੈ ਉਸਦਾ ਜੀਵਨ? ਸੋ ਸਾਰੀ ਉਹਦੇ ਬਾਰੇ ਖੋਜ ਪੜਤਾਲ ਕੀਤੀ ਗਈ। ਤੇ ਉਸ ਤੋਂ ਬਾਅਦ ਜਦੋਂ ਇਹ ਗੱਲ ਦੇਖੀ ਗਈ ਕਿ ਉਹਦੀ ਜੀਵਨ ਸਾਫ਼ ਪਵਿੱਤਰ ਪਾਣੀ ਵਾਂਗ ਨਿਰਮਲ ਹੈ, ਫਿਰ ਉਸਨੂੰ ਜਿਹੜਾ ਹੈ ਸੰਤ ਦੀ ਉਪਾਧੀ ਦਿੱਤੀ ਗਈ। ਮਨੁੱਖਤਾ ਦੀ ਬਹੁਤ ਉਹਨੇ ਨਿੱਠ ਕੇ ਸੇਵਾ ਕੀਤੀ ਸੀ ਮਦਰ ਟਰੇਸਾ ਨੇ ਆਪਣੇ ਕਾਰਜਕਾਲ ਦੇ ਵਿੱਚ, ਤੇ ਉਹਦੇ ਕਾਰਜਾਂ ਅੱਗੇ ਵੀ ਸਾਡਾ ਸਿਰ ਝੁਕਦਾ। ਪਰ ਜੇ ਨਾ ਚਾਹੁੰਦਿਆਂ ਵੀ ਦੋਵਾਂ ਹਸਤੀਆਂ ਦੀ ਤੁਲਨਾ ਕਰੀਏ ਤਾਂ ਭਗਤ ਪੂਰਨ ਸਿੰਘ ਜੀ ਪਹਿਲੀ ਕਤਾਰ ਚ ਖਲੋਤੇ ਨਜ਼ਰੀ ਪੈਂਦੇ ਨੇ, ਸਭ ਤੋਂ ਅੱਗੇ ਨਜ਼ਰੀ ਪੈਂਦੇ ਨੇ ਸਾਨੂੰ। ਸਰਕਾਰ ਪੱਖੀ ਲੀਡਰਾਂ ਤੇ ਜਥੇਦਾਰਾਂ ਵੱਲੋਂ ਭਗਤ ਪੂਰਨ ਸਿੰਘ ਜੀ ਨੂੰ ਅਣਗੌਲਿਆਂ ਕੀਤਾ ਜਾਵੇ, ਇਹ ਗੱਲ ਦਾ ਦੁੱਖ ਹੈ ਜਿਹੜਾ ਉਹ ਬਹੁਤਾ ਨਹੀਂ ਹੁੰਦਾ। ਪਰ ਜਦੋਂ ਨਿਤਨੇਮੀ ਅਭਿਆਸੀ ਹੋਣ ਤੇ ਸਿੱਖ ਪਰੰਪਰਾਵਾਂ ਤੇ ਪਹਿਰਾ ਦੇਣ ਦਾ ਦਾਅਵਾ ਕਰਨ ਵਾਲੀਆਂ ਜਥੇਬੰਦੀਆਂ ਨੇ ਜਿਹੜੀਆਂ, ਤੇ ਉਹਨਾਂ ਦੇ ਲੀਡਰ ਵੀ ਨੇ, ਉਹ ਭਗਤ ਜੀ ਦੇ ਕਾਰਜ ਬਾਰੇ ਤੇ ਸਿੱਖ ਕੌਮ ਚ ਉਹਨਾਂ ਨੂੰ ਮਰਨ ਤੋਂ ਬਾਅਦ ਉੱਚਾ ਰੁਤਬਾ ਦਿਵਾਉਣ ਬਾਰੇ ਆਪਣੀ ਆਵਾਜ਼ ਨਾ ਉਠਾਉਣ, ਤਾਂ ਸਾਨੂੰ ਫਿਰ ਇਹ ਸਾਰਾ ਕੁਛ ਸਾਜ਼ਿਸ਼ੀ ਲੱਗਣ ਲੱਗ ਜਾਂਦਾ। ਇੱਥੇ ਭਗਤ ਪੂਰਨ ਸਿੰਘ ਜੀ ਦੇ ਜਿਹੜੇ ਕਾਰਜ ਨੇ ਉਹ ਪਿੱਛੇ ਕਰ ਦਿੱਤੇ ਗਏ ਨੇ। ਮੈਂ ਜਦੋਂ ਉੱਥੇ ਗਿਆ, ਮੈਂ ਗੱਲਬਾਤ ਕੀਤੀ ਡਾਕਟਰ ਬੀਬੀ ਇੰਦਰਜੀਤ ਕੌਰ ਹੋਰਾਂ ਦੇ ਨਾਲ, ਜਦੋਂ ਮੈਂ ਉਹਨਾਂ ਦੇ ਨਾਲ ਇਹ ਗੱਲ ਕੀਤੀ ਤਾਂ ਉਹਨਾਂ ਨੇ ਵੀ ਬਿਲਕੁਲ ਇਹੋ ਜਿਹੇ ਵਿਚਾਰ ਪੇਸ਼ ਕੀਤੇ। ਪਰ ਕਹਿੰਦੇ ਉਹ ਕਹਿੰਦੇ ਅਸੀਂ ਆਵਾਜ਼ ਨਹੀਂ ਉਠਾਉਣੀ ਇਸਦੇ ਬਾਰੇ, ਅਸੀਂ ਇਸਦੇ ਬਾਰੇ ਗੱਲ ਨਹੀਂ ਕਰਾਂਗੇ। ਕਿਉਂ ਨਹੀਂ ਕਰਾਂਗੇ? ਉਹ ਕਹਿੰਦੇ ਕਿ ਅਸੀਂ ਸੰਸਥਾ ਚਲਾ ਰਹੇ ਹਾਂ, ਅਸੀਂ ਇਹ ਕਾਰਜ ਨਿਭਾ ਰਹੇ ਹਾਂ, ਕੋਈ ਉਪਾਧੀ ਸਾਨੂੰ ਦੇਵੇ ਜਾਂ ਭਗਤ ਪੂਰਨ ਸਿੰਘ ਜੀ ਨੂੰ ਕੋਈ ਉਪਾਧੀ ਦੇਵੇ ਜਾਂ ਨਾ ਦੇਵੇ, ਸਾਡਾ ਕਾਰਜ ਚੱਲਦਾ ਰਹੇਗਾ। ਇਹ ਕਾਰਜ ਉਪਾਧੀ ਨਾਲ ਨਹੀਂ ਜੁੜਿਆ ਹੋਇਆ, ਇਹ ਕਾਰਜ ਨੇ ਇਸੇ ਤਰ੍ਹਾਂ ਚੱਲਦੇ ਰਹਿਣਾ। ਹਾਂ, ਜਿਹੜੇ ਉਪਾਧੀਆਂ ਦੇਣ ਵਾਲੇ ਹੁੰਦੇ ਨੇ ਉਹਨਾਂ ਦੀ ਮਨਸ਼ਾ ਜ਼ਰੂਰ ਹੁੰਦੀ ਹੈ, ਉਹਨਾਂ ਦਾ ਫਾਇਦਾ ਹੁੰਦਾ ਉਪਾਧੀ ਦੇਣ ਦੇ ਵਿੱਚ। ਕਿਸੇ ਦਾ ਨਾਮ ਚਮਕਦਾ ਕਿ ਉਸਨੇ ਇਹ ਐਲਾਨ ਕੀਤਾ ਸੀ ਹੁਕਮਰਾਨ ਨੇ, ਪਰ ਇੱਥੇ ਉਪਾਧੀ ਨਹੀਂ ਦਿੱਤੀ ਗਈ। ਉਪਾਧੀ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਲਗਾਤਾਰ, ਤੇ ਉਸਨੂੰ ਹਮੇਸ਼ਾ ਜਿਹੜੀ ਫਾਈਲ ਹੈ ਉਹਨੂੰ ਜਾਂ ਤਾਂ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਜਾਂਦਾ ਜਾਂ ਉਸ ਤੇ ਗੌਰ ਨਹੀਂ ਕੀਤਾ ਜਾਂਦਾ, ਉਹ ਫਾਈਲਾਂ ਦੇ ਥੱਲੇ ਦੱਬ ਜਾਂਦੀ ਹੈ ਉਹ ਫਾਈਲ, ਜਾਂ ਉਸਦੇ ਉੱਤੇ ਗੱਲ ਕਰਨ ਨੂੰ ਠੀਕ ਨਹੀਂ ਸਮਝਿਆ ਜਾਂਦਾ, ਉਸ ਤੋਂ ਡਰ ਲੱਗਦਾ ਹੁਕਮਰਾਨਾਂ ਨੂੰ। ਤੇ ਉਹ ਇੱਕ ਸਿੱਖ ਭਗਤ, ਸਿੱਖ ਸੇਵਾਦਾਰ ਬਣ ਕੇ ਭਾਈ ਘਨੱਈਏ ਵਾਂਗ ਉਹ ਪੂਰੀ ਦੁਨੀਆਂ ਦੇ ਵਿੱਚ ਚਮਕਦਾ। ਭਗਤ ਪੂਰਨ ਸਿੰਘ ਦਾ ਨਾਮ ਉਹ ਗਵਾਰਾ ਨਹੀਂ ਹੈ ਕਿਸੇ ਨੂੰ, ਉਹ ਉਸ ਚੀਜ਼ ਤੋਂ ਉਹਨਾਂ ਨੂੰ ਤਕਲੀਫ ਹੁੰਦੀ ਹੈ, ਪੇਨਫੁੱਲ ਆ ਉਹਨਾਂ ਦੇ ਲਈ, ਉਹ ਨਾਮ ਉਭਰਦਾ।
ਕਿ ਅਸੀਂ ਇਸ ਕੌਮ ਨੂੰ ਵੱਖਵਾਦੀ ਤੇ ਅੱਤਵਾਦੀ ਕਿਵੇਂ ਕਹਾਂਗੇ ਜਦੋਂ ਅਜਿਹੇ ਵੱਡੇ ਕੱਦ ਦੇ ਲੋਕ ਨੇ ਜਿਹੜੇ ਮੁੱਖ ਮੰਤਰੀ ਪੱਧਰ ਦੇ ਉੱਤੇ ਅੱਗੇ ਆਉਣਗੇ ਫਿਰ ਅਸੀਂ ਇਸ ਕੌਮ ਨੂੰ ਵੱਖਵਾਦੀ ਜਾਂ ਅੱਤਵਾਦੀ ਨਹੀਂ ਕਹਿ ਸਕਾਂਗੇ ਤੇ ਜਦੋਂ ਕੌਮਾਂਤਰੀ ਮੀਡੀਆ ਜਿਹੜਾ ਹੈ ਭਗਤ ਪੂਰਨ ਸਿੰਘ ਦਾ ਨਾਮ ਦੇਖੇਗਾ ਸੁਣੇਗਾ ਤਾਂ ਉਹ ਨਾਲ ਸਵਾਲ ਵੀ ਕਰੇਗਾ ਵੀ ਤੁਸੀਂ ਇਹਨਾਂ ਨੂੰ ਵੱਖਵਾਦੀ ਵੀ ਕਹਿ ਰਹੇ ਹੋ ਇਹਨਾਂ ਲੋਕਾਂ ਨੂੰ ਲੋਕ ਤਾਂ ਸੇਵਾਦਾਰ ਨੇ ਸੋ ਦੂਜਾ ਅੱਜ ਦੀ ਗੱਲਬਾਤ ਦਾ ਜਿਹੜਾ ਵਿਸ਼ਾ ਉਹ ਹੈ ਉਹ ਇੱਕ ਆਮ ਸਿੱਖ ਨਾਲ ਸੰਬੰਧਿਤ ਹੈ ਉਹ ਵਿਸ਼ਾ ਵੀ ਮੈਨੂੰ ਲਗਾਤਾਰ ਝੰਜੋੜਦਾ ਰਿਹਾ ਸਾਬਕਾ ਹਾਕੀ ਖਿਡਾਰੀ ਹੈ ਓਲੰਪੀਅਨ ਹੈ ਬਲਬੀਰ ਸਿੰਘ ਸੀਨੀਅਰ ਉਹਦਾ ਵਿਸ਼ਾ ਬਲਬੀਰ ਸਿੰਘ ਸੀਨੀਅਰ ਦਾ ਮੇਰੀ ਦੋ ਤਿੰਨ ਵਾਰ ਮੁਲਾਕਾਤ ਹੋਈ ਹੈ ਦੋ ਤਿੰਨ ਵਾਰ ਉਹਨਾਂ ਦੇ ਨਾਲ ਗੱਲਾਂ ਹੋਈਆਂ ਨੇ ਢੁੰਗਾਈ ਦੇ ਨਾਲ ਤੇ ਜਦੋਂ ਵੀ ਉਹਨਾਂ ਦੇ ਨਾਲ ਗੱਲ ਹੁੰਦੀ ਹੈ ਜਾਂ ਮੈਂ ਉਹਨਾਂ ਨੂੰ ਕਿਸੇ ਫੰਕਸ਼ਨ ਚ ਦੇਖਦਾ ਤਾਂ ਨਿਰਸੰਦੇਹ ਜਿਹੜਾ ਮੇਰਾ ਧਿਆਨ ਹੈ ਉਹ ਜਿਹੜੀਆਂ ਪਰਤਾਂ ਥੱਲੇ ਦਬੀਆਂ ਹੋਈਆਂ ਨੇ ਜਿਹੜੀਆਂ ਗੱਲਾਂ ਉਹਨਾਂ ਨੂੰ ਫਰੋਲਣ ਵੱਲ ਚਲਾ ਜਾਂਦਾ ਮੇਰਾ ਧਿਆਨ ਉਹ ਇੰਡੀਅਨ ਹਾਕੀ ਟੀਮ ਵੱਲੋਂ ਖੇਡਣ ਦੇ ਬਾਵਜੂਦ ਮੈਂ ਸਰਦਾਰ ਬਲਬੀਰ ਸਿੰਘ ਬਾਰੇ ਗੰਭੀਰ ਸੋਚ ਇਸ ਲਈ ਰੱਖਦਾ ਭਾਵੇਂ ਉਹ ਇੰਡੀਅਨ ਹਾਕੀ ਵੱਲੋਂ ਖੇਡੇ ਨੇ ਕਿਉਂਕਿ ਚੰਗੇ ਖਿਡਾਰੀ ਭਾਵੇਂ ਉਹ ਕਿਸੇ ਵੀ ਮੁਲਕ ਦੇ ਹੋਣ ਪਾਕਿਸਤਾਨ ਦੇ ਹੋਣ ਸ਼੍ਰੀ ਲੰਕਾ ਦੇ ਹੋਣ ਚੀਨ ਦੇ ਹੋਣ ਇੰਡੀਆ ਦੇ ਹੋਣ ਅਮਰੀਕਾ ਦੇ ਹੋਣ ਕੈਨੇਡਾ ਦੇ ਹੋਣ ਯੂਰਪ ਦੇ ਕਿਸੇ ਕੰਟਰੀ ਦੇ ਹੋਣ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਜੇ ਅਸੀਂ ਫੁੱਟਬਾਲ ਖਿਡਾਰੀ ਪੇਲੇ ਬੈਕਹਮ ਰੋਨਾਲਡੋ ਮੈਸੀ ਤੇ ਜਿਹੜੇ ਬਾਕਸਰ ਨੇ ਮੁਹੰਮਦ ਅਲੀ ਜਿਹੜਾ ਐਥਲੀਟ ਹੈ ਉਸੈਨ ਬੋਲਟ ਤੇ ਜਿਹੜਾ ਸਵਿਮਰ ਹੈ ਮਾਈਕਲ ਫੈਲਪਸ ਜੇ ਅਸੀਂ ਉਹਦਾ ਉਹਨਾਂ ਲੋਕਾਂ ਦਾ ਸਤਿਕਾਰ ਕਰਦੇ ਹਾਂ ਤਾਂ ਬਲਵੀਰ ਸਿੰਘ ਸੀਨੀਅਰ ਵੀ ਸਾਡੀ ਜਿਹੜੀ ਥਾਪੜੇ ਦਾ ਪ੍ਰਸ਼ੰਸਾ ਦਾ ਸਾਡੇ ਤੋਂ ਉਹ ਮਾਣ ਸਤਿਕਾਰ ਦਾ ਪੂਰਾ ਹੱਕ ਰੱਖਦੇ ਨੇ ਬਲਬੀਰ ਸਿੰਘ ਸੀਨੀਅਰ ਸਿੱਖ ਹੋਣ ਕਾਰਨ ਤਾਂ ਇਹ ਉਹਨਾਂ ਦਾ ਹੱਕ ਹੋਰ ਵੀ ਵੱਧ ਜਾਂਦਾ ਤੇ ਉਹਨਾਂ ਨੇ ਆਪਣੀ ਸਾਰੀ ਉਮਰ ਹਾਕੀ ਬਾਰੇ ਤਨੋ ਮਨੋ ਸੇਵਾ ਕੀਤੀ ਹੈ ਹਾਕੀ ਖੇਡੀ ਹੈ ਹਾਕੀ ਜੀਵੀ ਹੈ ਹਾਕੀ ਬਾਰੇ ਗੱਲ ਕੀਤੀ ਹੈ ਹਾਕੀ ਨੂੰ ਉਹਨਾਂ ਨੇ ਪੀਤਾ ਹਾਕੀ ਨੂੰ ਖਾਧਾ ਹਾਕੀ ਨੂੰ ਜਿਵਾਇਆ ਉਹਨਾਂ ਨੇ 1952 ਚ 1952 ਜਿਹੜੀਆਂ ਓਲੰਪਿਕ ਖੇਡਾਂ ਹੁੰਦੀਆਂ ਨੇ ਫਰਾਂਸ ਚ ਉਸ ਚ ਉਹ ਫਰਾਂਸ ਦੀ 1952 ਦੀਆਂ ਓਲੰਪਿਕ ਖੇਡਾਂ ਚ ਫਰਾਂਸ ਦੇ ਖਿਲਾਫ ਇੱਕ ਮੈਚ ਹੋਇਆ ਸੀ ਉਸ ਮੈਚ ਚ ਬਲਬੀਰ ਸਿੰਘ ਸੀਨੀਅਰ ਨੇ 5 ਗੋਲਾਂ ਦਾ ਇੱਕ ਰਿਕਾਰਡ 5 ਗੋਲ ਕੀਤੇ ਸਨ ਉਹ ਓਲੰਪਿਕ ਰਿਕਾਰਡ ਹਾਲੇ ਤੱਕ ਬਰਕਰਾਰ ਹੈ 1952 ਦਾ ਤੇ ਇਸੇ ਕਾਰਨ ਬਲਬੀਰ ਸਿੰਘ ਸੀਨੀਅਰ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਦਰਜ ਹੈ 1948 1952 ਤੇ 1956 ਚ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੀ ਟੀਮ ਦੇ ਹਿੱਸਾ ਰਹੇ ਨੇ ਬਲਬੀਰ ਸਿੰਘ ਸੀਨੀਅਰ ਤੇ 1975 ਚ ਵਰਲਡ ਕੱਪ ਹਾਕੀ ਜਿੱਤਣ ਵਾਲੀ ਟੀਮ ਦੇ ਉਹ ਕੋਚ ਵੀ ਰਹੇ ਨੇ ਇਹ ਬਹੁਤ ਵੱਡੀ ਉਪਲਬਧੀ ਹੈ ਹੋਰ ਕਿਸੇ ਵੀ ਖਿਡਾਰੀ ਨੂੰ ਇਹ ਮਾਣ ਹਾਸਲ ਨਹੀਂ ਜਿਹੜਾ ਬਲਬੀਰ ਸਿੰਘ ਸੀਨੀਅਰ ਨੂੰ ਹਾਸਲ ਹੈ ਹਾਕੀ ਦੀ ਖੇਡ ਦੇ ਦੌਰਾਨ ਜਿਹੜੀਆਂ ਪ੍ਰਾਪਤੀਆਂ ਬਲਬੀਰ ਸਿੰਘ ਸੀਨੀਅਰ ਨੇ ਕੀਤੀਆਂ ਨੇ ਉਹ ਬਹੁਤ ਵੱਡਾ ਖਜ਼ਾਨਾ ਬਹੁਤ ਵੱਡੀ ਗੱਲ ਹੈ ਤੇ ਜਦੋਂ ਮੈਂ ਬਲਬੀਰ ਸਿੰਘ ਸੀਨੀਅਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਆਫ ਦੀ ਰਿਕਾਰਡ ਔਨ ਦੀ ਰਿਕਾਰਡ ਕੈਮਰੇ ਅੱਗੇ ਕੈਮਰੇ ਤੋਂ ਪਿੱਛੇ ਤੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਭਾਰਤ ਸਰਕਾਰ ਨੇ ਲਗਾਤਾਰ ਨਜ਼ਰਅੰਦਾਜ਼ ਕੀਤਾ ਤੇ ਇਸ ਗੱਲ ਦਾ ਬਲਬੀਰ ਸਿੰਘ ਨੂੰ ਦੁੱਖ ਹੈ ਬਲਬੀਰ ਸਿੰਘ ਸੀਨੀਅਰ ਨੇ ਮੈਨੂੰ ਦੱਸਿਆ ਕਿ ਬਹੁ ਗਿਣਤੀ ਨਾਲ ਸੰਬੰਧ ਰੱਖਣ ਵਾਲੇ ਇੱਕ ਖਿਡਾਰੀ ਨੂੰ ਕਿਸ ਤਰ੍ਹਾਂ ਹਾਕੀ ਫੈਡਰੇਸ਼ਨ ਦੇ ਅਧਿਕਾਰੀ ਤੇ ਸਰਕਾਰ ਇੱਕ ਹੀਰੋ ਬਣਾ ਕੇ ਪੇਸ਼ ਕਰਦੇ ਨੇ ਜਦਕਿ ਉਸ ਨੂੰ ਬਿਲਕੁਲ ਵੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਹੁਣ ਤੁਸੀਂ ਸਾਰੇ ਸਮਝ ਗਏ ਹੋਵੋਗੇ ਕਿ ਇੱਕ ਬਹੁ ਗਿਣਤੀ ਨਾਲ ਸੰਬੰਧਿਤ ਖਿਡਾਰੀ ਹੈ ਉਸਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਹਾਕੀ ਦਾ ਵਰਲਡ ਹਾਕੀ ਦਾ ਧਿਆਨ ਚੰਦ ਦਾ ਨਾਮ ਬੜਾ ਮਸ਼ਹੂਰ ਹੈ ਪਰ ਬਲਬੀਰ ਸਿੰਘ ਨੂੰ ਕੋਈ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਸਰਕਾਰ ਵੱਲੋਂ ਉਹ ਹਾਲੇ ਵੀ ਉਹ ਉੱਥੇ ਗਰਾਊਂਡਾਂ ਦੇ ਵਿੱਚ ਜਾਂ ਕਿਸੇ ਸਮਾਗਮ ਦੇ ਵਿੱਚ ਇਕੱਲੇ ਤੁਰੇ ਫਿਰਦੇ ਸਾਨੂੰ ਦਿਖਾਈ ਦਿੰਦੇ ਨੇ ਕਿਸੇ ਵੀ ਲਾਲ ਰੰਗ ਦੀ
ਪੱਗ ਬੰਨੀ ਹੁੰਦੀ ਹੈ ਉਹਨਾਂ ਨੇ, ਜਾਂ ਟਾਈ ਲਾਈ ਹੁੰਦੀ ਹੈ, ਦਾੜੀ ਚੜਾਈ ਹੁੰਦੀ ਹੈ, ਤੇ ਜਾਂ ਫਿਰ ਉਹਨਾਂ ਨੇ ਸਕਾਈ ਬਲੂ ਅਸਮਾਨੀ ਕਲਰ ਦੀ ਪੱਗ ਬੰਨੀ ਹੁੰਦੀ ਹੈ। ਜ਼ਿਆਦਾਤਰ ਉਹ ਇਹਨਾਂ ਰੰਗਾਂ ਦੀਆਂ ਪੱਗਾਂ ਦੇ ਵਿੱਚ ਦਿਖਾਈ ਦਿੰਦੇ ਨੇ, ਦੂਰੋਂ ਪਛਾਣੇ ਜਾਂਦੇ ਨੇ, ਉਹ ਬੜੀ ਭੱਜ ਨੱਠ ਕਰ ਰਹੇ ਹੁੰਦੇ ਨੇ। ਸੋ ਬਲਵੀਰ ਸਿੰਘ ਸੀਨੀਅਰ ਦੀਆਂ ਜਿਹੜੀਆਂ ਇਹ ਪ੍ਰਾਪਤੀਆਂ ਨੇ, ਉਹਨਾਂ ਦੇ ਰਿਕਾਰਡ ਤੇ ਹਾਕੀ ਖੇਡਣ ਦੀ ਜਿਹੜੀ ਤਕਨੀਕ ਹੈ ਉਹਦੇ ਬਾਰੇ ਵਿਸ਼ਵ ਹਾਕੀ ਫੈਡਰੇਸ਼ਨ ਦੇ ਜਿਹੜੇ ਵਿਸ਼ਵ ਪੱਧਰ ਦੇ ਜਿਹੜੇ ਅਧਿਕਾਰੀ ਨੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਤੇ ਬਲਬੀਰ ਸਿੰਘ ਨੇ ਸਾਨੂੰ ਦੱਸਿਆ ਕਿ ਵਿਸ਼ਵ ਹਾਕੀ ਫੈਡਰੇਸ਼ਨ ਨੇ ਉਹਨਾਂ ਨੂੰ ਦੁਨੀਆਂ ਦੇ 5 ਬਿਹਤਰੀਨ ਸਿਰਮੌਰ ਖਿਡਾਰੀਆਂ ਚ ਚੁਣਿਆ ਸੀ। ਉਹ ਪਹਿਲੇ ਦੁਨੀਆਂ ਦੇ ਪਹਿਲੇ 5 ਖਿਡਾਰੀਆਂ ਚ ਆਉਂਦੇ ਨੇ, ਵਿਸ਼ਵ ਹਾਕੀ ਫੈਡਰੇਸ਼ਨ ਨੇ ਉਹਨਾਂ ਨੂੰ ਚੁਣਿਆ ਸੀ ਬਲਬੀਰ ਸਿੰਘ ਸੀਨੀਅਰ ਨੂੰ। ਤੇ ਇਹਦੇ ਲਈ ਵਰਲਡ ਫੈਡਰੇਸ਼ਨ ਨੇ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਤਮਗੇ, ਉਹਨਾਂ ਦਾ ਬਲੇਜ਼ਰ ਤੇ ਕੁਝ ਸਰਟੀਫਿਕੇਟ ਮੰਗੇ, ਤਾਂ ਕਿ ਇਹਨਾਂ ਚੀਜ਼ਾਂ ਨੂੰ ਲੰਡਨ ਚ ਸਪੋਰਟਸ ਮਿਊਜ਼ੀਅਮ ਚ ਸਜਾਇਆ ਜਾ ਸਕੇ, ਉੱਥੇ ਰੱਖਿਆ ਜਾ ਸਕੇ, ਕਿ ਉੱਥੇ ਲਿਖ ਕੇ ਲਾਉਣਗੇ ਕਿ ਇਹ ਬਲਬੀਰ ਸਿੰਘ ਸੀਨੀਅਰ ਦਾ ਸਮਾਨ ਆ ਜਿਹਦਾ ਵਰਲਡ ਰਿਕਾਰਡ ਜਿਹੜਾ ਸਥਾਪਿਤ ਕੀਤਾ ਉਹਨਾਂ ਨੇ ਉਹ ਕੋਈ ਤੋੜ ਨਹੀਂ ਸਕਿਆ, ਤੇ ਉਹ ਕਿਸ ਤਰ੍ਹਾਂ ਦੀ ਹਾਕੀ ਖੇਡਦੇ ਸਨ ਉਹਦੇ ਬਾਰੇ ਕਾਫੀ ਜਾਣਕਾਰੀ ਉੱਥੇ ਹੋਰ ਸ਼ਾਮਲ ਕਰਕੇ ਉਹਨਾਂ ਨੇ ਲੰਡਨ ਦੇ ਸਪੋਰਟਸ ਮਿਊਜ਼ੀਅਮ ਦੇ ਵਿੱਚ ਇਹ ਚੀਜ਼ਾਂ ਰੱਖਣੀਆਂ ਸਨ। ਸੋ ਬੜੇ ਦੁੱਖ ਦੀ ਗੱਲ ਹੈ ਕਿ ਇਹ ਸਾਰੀਆਂ ਚੀਜ਼ਾਂ ਬਲਬੀਰ ਸਿੰਘ ਸੀਨੀਅਰ ਨੇ ਭਾਰਤ ਸਰਕਾਰ ਨੂੰ ਤਾਂ ਦਿੱਤੀਆਂ, ਭਾਰਤੀ ਹਾਕੀ ਫੈਡਰੇਸ਼ਨ ਦੇ ਨੁਮਾਇੰਦਿਆਂ ਨੂੰ ਸੌਂਪ ਦਿੱਤੀਆਂ, ਤਾਂ ਕਿ ਉਹ ਇਹਨਾਂ ਚੀਜ਼ਾਂ ਨੂੰ ਲੰਡਨ ਚ ਵਰਲਡ ਹਾਕੀ ਫੈਡਰੇਸ਼ਨ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਅਧਿਕਾਰੀ ਨੇ, ਉਹਨਾਂ ਤੱਕ ਪਹੁੰਚਦੀਆਂ ਕਰ ਦੇਣ। ਪਰ ਇਹ ਚੀਜ਼ਾਂ ਉਹਨਾਂ ਤੱਕ ਨਹੀਂ ਪਹੁੰਚੀਆਂ, ਇਹ ਗੁੰਮ ਕਰ ਦਿੱਤੀਆਂ ਗਈਆਂ, ਗਵਾ ਦਿੱਤੀਆਂ ਗਈਆਂ, ਗਾਇਬ ਕਰ ਦਿੱਤੀਆਂ ਗਈਆਂ। ਤੇ ਇੰਡੀਅਨ ਹਾਕੀ ਫੈਡਰੇਸ਼ਨ ਵੱਲੋਂ ਬਲਬੀਰ ਸਿੰਘ ਸੀਨੀਅਰ ਦੀ ਥਾਂ ਤੇ ਧਿਆਨ ਚੰਦ ਨੂੰ 5 ਬਿਹਤਰੀਨ ਖਿਡਾਰੀਆਂ ਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਫਿਰ ਇੱਥੇ ਉਹੀ ਗੱਲ ਹੈ ਕਿ ਵਰਲਡ ਦਾ ਜਿਹੜਾ ਮੀਡੀਆ ਹੈ, ਵਰਲਡ ਦੇ ਜਿਹੜੇ ਲੋਕ ਨੇ, ਦੁਨੀਆਂ ਦੇ ਜਿਹੜੇ ਲੋਕ ਨੇ, ਉਹ ਕਹਿਣਗੇ ਕਿ ਸਿੱਖ ਸਪੋਰਟਸ ਦੇ ਵਿੱਚ ਵੀ ਅੱਗੇ ਨੇ, ਇੰਨੇ ਬਿਹਤਰ ਨੇ, ਤੇ ਲੋਕਾਂ ਦੀ ਸੇਵਾ ਦੇ ਵਿੱਚ ਵੀ, ਤੇ ਤੁਸੀਂ ਉਹਨਾਂ ਨੂੰ ਵੱਖਵਾਦੀ ਤੇ ਅੱਤਵਾਦੀ ਕਹਿ ਰਹੇ ਹੋ। ਤੇ ਉਹ ਬਲਵੀਰ ਸਿੰਘ ਦੀ ਥਾਂ ਤੇ ਧਿਆਨ ਚੰਦ ਨੂੰ 5 ਬਿਹਤਰੀਨ ਖਿਡਾਰੀਆਂ ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਵਰਲਡ ਹਾਕੀ ਫੈਡਰੇਸ਼ਨ ਨੇ 1947 ਤੋਂ ਪਹਿਲਾਂ ਅਤੇ ਬਾਅਦ ਦੀ ਹਾਕੀ ਦੇ ਵਿੱਚ ਇੱਕ ਵੱਡਾ ਫਰਕ ਤੈਅ ਕਰ ਦਿੱਤਾ ਸੀ, ਤੇ ਉਹ ਫਰਕ ਅੰਤਰ ਤੈਅ ਕਰਦਿਆਂ ਹੋਇਆਂ ਬਲਬੀਰ ਸਿੰਘ ਸੀਨੀਅਰ ਨੂੰ ਹੀ ਵਿਸ਼ਵ ਦਾ ਬਿਹਤਰੀਨ ਹਾਕੀ ਖਿਡਾਰੀ ਮੰਨਿਆ ਵਰਲਡ ਹਾਕੀ ਫੈਡਰੇਸ਼ਨ ਨੇ। ਹਾਲਾਂਕਿ ਵਿਸ਼ਵ ਹਾਕੀ ਫੈਡਰੇਸ਼ਨ ਤੇ ਹਾਕੀ ਦੇ ਜਿਹੜੇ ਐਕਸਪਰਟ ਰਾਈਟਰ ਨੇ, ਲੇਖਕ ਨੇ ਤੇ ਸੀਨੀਅਰ ਖਿਡਾਰੀਆਂ ਦਾ ਵੀ ਇਹੋ ਹੀ ਮੰਨਣਾ ਕਿ ਧਿਆਨ ਚੰਦ ਦੇ ਹਾਕੀ ਖੇਡਣ ਦੌਰਾਨ ਜਿਹੜਾ ਦੁਨੀਆਂ ਚ ਮੁਕਾਬਲੇ ਦੀ ਹਾਕੀ ਨਹੀਂ ਸੀ ਖੇਡੀ ਜਾਂਦੀ, ਬਹੁਤ ਹਲਕੀ ਕਿਸਮ ਦੀ ਹਾਕੀ ਖੇਡੀ ਜਾਂਦੀ ਸੀ ਉਦੋਂ, ਰੂਲ ਰੈਗੂਲੇਸ਼ਨ ਸਨ ਜਾਂ ਘਾਹ ਦੇ ਮੈਦਾਨ ਸਨ ਜਾਂ ਜਿਹੜੇ ਨੇਮ ਸਨ ਹਾਕੀ ਖੇਡਣ ਦੇ, ਹਾਕੀ ਦੇ ਮੈਚਾਂ ਦੇ ਦੌਰਾਨ ਅਪਣਾਏ ਜਾਂਦੇ ਸਨ, ਉਹ ਵੱਖਰੀ ਤਰ੍ਹਾਂ ਦੇ ਸਨ। ਤੇ ਦੁਨੀਆਂ ਦੀਆਂ ਜਿਹੜੀਆਂ ਹਾਕੀ ਟੀਮਾਂ ਨੇ ਉਹਨਾਂ ਵਿੱਚ ਵੀ ਉਹ ਤਾਕਤ ਨਹੀਂ ਸੀ, ਉਸ ਤਰੀਕੇ ਨਾਲ ਉਹ ਪੇਸ਼ਮੰਦੀ ਨਾਲ ਉੱਥੇ ਖੇਡਦੀਆਂ ਨਹੀਂ ਸਨ, ਇੱਕ ਡੰਗ ਟਪਾਊ ਟੀਮਾਂ ਤਿਆਰ ਕਰਕੇ, ਇੱਕ ਸਿਰਫ ਇਸ ਕਰਕੇ ਕਿ ਓਲੰਪਿਕ ਖੇਡਾਂ ਦੇ ਵਿੱਚ ਹਾਕੀ ਦੀ ਖੇਡ ਹੈ ਜਿਹੜੀ ਉਹਦੇ ਮੈਚ ਕਰਵਾਏ ਜਾਣੇ ਨੇ ਤੇ ਉਹ ਇੱਕ ਖੇਡ ਹੈ, ਸੂਚੀਬੱਧ ਖੇਡ ਹੈ, ਇਸ ਕਰਕੇ ਉਹ ਟੀਮਾਂ ਜਿਹੜੇ ਦੂਜੇ ਮੁਲਕ ਸਨ ਉਹ ਤਿਆਰ ਕਰਕੇ ਭੇਜ ਦਿੰਦੇ ਸਨ। ਭਾਰਤ ਦੀ ਇਹ ਹਾਕੀ ਖੇਡ ਸੀ, ਭਾਰਤ ਦੀ ਆਪਣੀ ਜੱਦੀ ਖੇਡ ਸੀ, ਇਸ ਕਰਕੇ ਉਦੋਂ ਮੁਕਾਬਲਾ ਨਹੀਂ ਸੀ। ਪਰ ਜਦੋਂ ਤੱਕ ਅਸੀਂ ਦੇਖਦੇ ਹਾਂ ਕਿ ਬਲਬੀਰ ਸਿੰਘ ਸੀਨੀਅਰ ਹਾਕੀ ਦੇ ਵਿੱਚ ਆਉਂਦੇ ਨੇ, ਪੈਰ ਧਰਦੇ ਨੇ, ਉਦੋਂ ਤੱਕ ਵਿਸ਼ਵ ਪੱਧਰ ਦੇ ਉੱਤੇ ਮੁਕਾਬਲਾ ਹਾਕੀ ਦੇ ਵਿੱਚ ਸ਼ੁਰੂ ਹੋ ਚੁੱਕਾ ਸੀ ਤੇ ਦੁਨੀਆਂ ਦੀਆਂ ਬਿਹਤਰੀਨ ਟੀਮਾਂ ਸਨ ਜਿਹੜੀਆਂ ਉਹ ਆਪਣੀ ਪੇਸ਼ਬੰਦੀ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੋਇਆ ਸੀ। ਸੋ ਧਿਆਨ ਚੰਦ ਦੇ ਸਮੇਂ ਜਰਮਨੀ ਨੂੰ ਛੱਡ ਕੇ ਹੋਰ ਕੋਈ ਵੀ ਜਿਹੜਾ ਮੁਲਕ ਸੀ ਉਹ ਬ੍ਰਿਟਿਸ਼ ਇੰਡੀਆ ਨੂੰ ਟੱਕਰ ਨਹੀਂ ਸੀ ਦੇ ਸਕਦਾ। ਤੇ ਉਸੇ ਵੇਲੇ 1932 ਦੀਆਂ ਜਿਹੜੀਆਂ ਓਲੰਪਿਕ ਖੇਡਾਂ ਚ ਧਿਆਨ ਚੰਦ ਵੱਲੋਂ ਸਾਰੇ ਮੈਚਾਂ ਚ 12 ਗੋਲ ਕਰਨਾ ਕੋਈ ਵੱਡਾ ਮਾਰਕਾ ਨਹੀਂ ਸੀ, 12 ਗੋਲ ਕੀਤੇ ਸੀ 1932 ਚ ਧਿਆਨ ਚੰਦ ਨੇ ਸਾਰੇ ਮੈਚਾਂ ਚ।
ਫਿਰ 1948 ਤੇ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਮੁਲਕਾਂ ਨੇ ਵਿਸ਼ਵ ਪੱਧਰੀ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ ਤੇ ਉਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਕਾਫੀ ਮੁਕਾਬਲੇਬਾਜ਼ੀ ਉਸ ਦੌਰ ਦੇ ਵਿੱਚ ਸ਼ੁਰੂ ਹੋ ਚੁੱਕੀ ਸੀ ਜਦੋਂ ਬਲਬੀਰ ਸਿੰਘ ਸੀਨੀਅਰ ਨੇ ਖੇਡਣਾ ਸ਼ੁਰੂ ਕੀਤਾ ਤੇ 1948 ਚ ਜਿਹੜੀਆਂ ਓਲੰਪਿਕ ਖੇਡਾਂ ਚ ਬਲਬੀਰ ਸਿੰਘ ਸੀਨੀਅਰ ਨੂੰ ਹਾਲਾਂਕਿ ਰਿਜ਼ਰਵ ਖਿਡਾਰੀਆਂ ਵਜੋਂ ਬੈਂਚ ਤੇ ਬਿਠਾਈ ਰੱਖਿਆ ਗਿਆ ਜਾਣ ਬੁੱਝ ਕੇ ਪਤਾ ਸੀ ਕਿ ਬਹੁਤ ਵਧੀਆ ਹਾਕੀ ਖੇਡਦਾ ਪਰ ਜਦੋਂ ਭਾਰਤੀ ਟੀਮ ਸੀ ਜਿਹੜੀ ਉਹ ਵਿਰੋਧੀ ਟੀਮਾਂ ਅੱਗੇ ਬੇਵੱਸ ਹੋ ਗਈ ਤੇ ਉਹ ਹਾਰਨ ਵੱਲ ਵੱਧ ਰਹੀ ਸੀ ਤਾਂ ਬਲਬੀਰ ਸਿੰਘ ਨੂੰ ਮੈਦਾਨ ਚ ਉਤਾਰਨਾ ਪਿਆ ਤੇ ਬਲਬੀਰ ਸਿੰਘ ਸੀਨੀਅਰ ਨੇ ਦੱਸਿਆ ਕਿ 1948 ਚ ਉਹ ਟੀਮ ਦੇ ਨਵੇਂ ਮੈਂਬਰ ਸਨ ਤੇ ਅਧਿਕਾਰੀਆਂ ਨੇ ਮੈਰਿਟ ਤੇ ਹੋਣ ਦੇ ਬਾਵਜੂਦ ਉਹਨਾਂ ਨੂੰ ਓਲੰਪਿਕ ਟੀਮ ਚ ਪਲੇਇੰਗ 11 ਚ ਲੈਣ ਲਈ ਬਹੁਤ ਨਖਰੇਬਾਜ਼ੀ ਕੀਤੀ ਸੀ ਪਹਿਲੇ ਮੈਚ ਚ ਨਾ ਖਿਡਾਉਣ ਦੇ ਬਾਵਜੂਦ ਜਦੋਂ ਦੂਜੇ ਮੈਚ ਚ ਰਾਖਵੇਂ ਖਿਡਾਰੀ ਦੇ ਤੌਰ ਤੇ ਉਹਨਾਂ ਨੇ 2 ਗੋਲ ਕੀਤੇ ਤਾਂ ਟੀਮ ਦੇ ਪ੍ਰਬੰਧਕਾਂ ਨੇ ਵਿਦੇਸ਼ੀ ਮੀਡੀਆ ਦੇ ਵਾਰ ਵਾਰ ਪੁੱਛਣ ਤੇ ਵੀ ਉਹਨਾਂ ਦਾ ਨਾਮ ਦੱਸਣ ਦੀ ਬਜਾਏ ਕਿਸੇ ਹੋਰ ਖਿਡਾਰੀ ਦਾ ਨਾਮ ਅਗਲੇ ਦਿਨ ਅਖਬਾਰਾਂ ਚ ਛਪਣ ਲਈ ਦਿੱਤਾ ਇਹ ਉਹਨਾਂ ਦੀ ਆਪਣੀ ਜ਼ੁਬਾਨੀ ਹੈ ਪਰ ਅਜਿਹੇ ਵਿਤਕਰਿਆਂ ਦੇ ਬਾਵਜੂਦ ਅਜਿਹੀਆਂ ਵਧੀਕੀਆਂ ਦੇ ਬਾਵਜੂਦ ਇਹ ਸਾਰਿਆਂ ਨੂੰ ਪਤਾ ਕਿ ਬਲਬੀਰ ਸਿੰਘ ਸੀਨੀਅਰ ਦੀ ਬਦੌਲਤ ਭਾਰਤ ਨੇ 1948 ਚ 1952 ਚ ਤੇ 1956 ਚ ਗੋਲਡ ਮੈਡਲ ਜਿੱਤੇ ਸਾਰਿਆਂ ਨੂੰ ਪਤਾ ਸੋ ਬਲਬੀਰ ਸਿੰਘ ਸੀਨੀਅਰ ਨੂੰ ਆਪਣੀਆਂ ਪ੍ਰਾਪਤੀਆਂ ਬਾਰੇ ਚੰਗੀ ਤਰ੍ਹਾਂ ਪਤਾ ਵੀ ਹੈ ਤੇ ਇਸ ਵੇਲੇ ਉਹ 95 ਸਾਲਾਂ ਦੇ ਹੋ ਚੁੱਕੇ ਨੇ ਤੇ 95 ਸਾਲਾਂ ਨੂੰ ਟੱਪ ਰਹੇ ਨੇ ਉਹ ਤੇ ਇਹ ਸਿੰਘ ਸਾਹਿਬ ਇਸ ਗੱਲ ਤੇ ਪੂਰਾ ਮਾਣ ਕਰਦੇ ਨੇ ਤੇ ਮਾਣ ਨਾਲ ਉਹਨਾਂ ਦੀ ਛਾਤੀ ਹੁਣ ਵੀ ਚੌੜੀ ਹੋ ਜਾਂਦੀ ਹੈ ਖੁਸ਼ ਹੁੰਦੇ ਨੇ ਪਰ ਨਾਲ ਹੀ ਇੱਕ ਦੁੱਖ ਵੀ ਹੈ ਉਹਨਾਂ ਨੂੰ ਕਿ ਕਿਸ ਤਰ੍ਹਾਂ ਉਹਨਾਂ ਨੂੰ ਭਾਰਤ ਨੇ ਜਿਹੜਾ ਹੈ ਉਹ ਪਛਾੜਿਆ ਆਫ ਦੀ ਰਿਕਾਰਡ ਖੁੱਲ ਕੇ ਗੱਲ ਕਰਦੇ ਨੇ ਇਸ ਦਰਵੇਸ਼ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੇ ਆਪਣੇ ਆਪ ਨੂੰ ਸਿਰਮੌਰ ਸਾਬਤ ਕਰਨ ਲਈ ਕੋਈ ਲਾਬੀ ਨਹੀਂ ਬਣਾਈ ਤੇ ਨਾ ਸਿਆਸੀ ਜਿਹੜੀ ਛਤਰਛਾਇਆ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤੇ ਦੂਜੇ ਪਾਸੇ ਮਰਨ ਤੋਂ ਪਹਿਲਾਂ ਬਹੁ ਗਿਣਤੀ ਫਿਰਕੇ ਨਾਲ ਸੰਬੰਧਿਤ ਹੋਣ ਕਾਰਨ ਧਿਆਨ ਚੰਦ ਸਿਆਸੀ ਛਤਰੀ ਥੱਲੇ ਵੀ ਆ ਗਿਆ ਸੀ ਇੱਕ ਸਿਆਸੀ ਛਤਰੀ ਥੱਲੇ ਉਹਨੇ ਇੱਕ ਅਜਿਹੀ ਲਾਬੀ ਬਣਾਈ ਜਿਹੜੀ ਹਾਲੇ ਤੱਕ ਕੰਮ ਕਰ ਰਹੀ ਹੈ ਹੁਣ ਵੀ ਕੰਮ ਕਰ ਰਹੀ ਹੈ ਉਸਨੂੰ ਹਾਕੀ ਦਾ ਜਾਦੂਗਰ ਗੋਲਡਨ ਸਟਿਕ ਦਾ ਮਾਲਕ ਤੇ ਹੋਰ ਪਤਾ ਨੀ ਕੀ ਕਿਹਾ ਗਿਆ ਧਿਆਨ ਚੰਦ ਨੂੰ ਤੇ ਭਾਰਤ ਦੇ ਬਹੁਤ ਸਾਰੇ ਕਈ ਮੈਂ ਕਹਿੰਦਾ ਕਿ ਹਾਕੀ ਦੇ ਸਟੇਡੀਅਮ ਨੇ ਜਿਹੜੇ ਉਹਨਾਂ ਦਾ ਨਾਮ ਧਿਆਨ ਚੰਦ ਦੇ ਨਾਮ ਤੇ ਰੱਖਿਆ ਗਿਆ ਇਹ ਧਿਆਨ ਚੰਦ ਦੀ ਲਾਬੀ ਹੁਣ ਉਸਨੂੰ ਭਾਰਤ ਰਤਨ ਤੇ ਹੋਰ ਅਜਿਹੇ ਅਵਾਰਡ ਦੇਣ ਦੀ ਮੰਗ ਕਰ ਰਹੀ ਹੈ ਲਗਾਤਾਰ ਮਰਨ ਉਪਰੰਤ ਤਾਂ ਇੰਜ ਲੱਗਦਾ ਸਾਨੂੰ ਇੰਜ ਜਾਪਦਾ ਕਿ ਅੱਜ ਨੀ ਤਾਂ ਕੱਲ ਨੂੰ ਧਿਆਨ ਚੰਦ ਨੂੰ ਮਰਨ ਉਪਰੰਤ ਕੋਈ ਨਾ ਕੋਈ ਅਜਿਹਾ ਅਵਾਰਡ ਭਾਰਤ ਸਰਕਾਰ ਦੇ ਹੀ ਦੇਗੀ ਦੇ ਦੇਣਾ ਮਿਲ ਜਾਣਾ ਇਸ ਗੱਲ ਦਾ ਬਲਬੀਰ ਸਿੰਘ ਸੀਨੀਅਰ ਨੂੰ ਵੀ ਪਤਾ ਕਿ ਧਿਆਨ ਚੰਦ ਨੂੰ ਅਵਾਰਡ ਦੇ ਦਿੱਤਾ ਜਾਊਗਾ ਫਿਰ ਵੀ ਉਹ ਬੜੀ ਮਾਸੂਮੀਅਤ ਨਾਲ ਭੋਲੇ ਭਾਵ ਭਾਰਤੀ ਹਾਕੀ ਦੀ ਬਿਹਤਰੀ ਚਾਹੁੰਦਾ ਹੁਣ ਵੀ ਬਲਬੀਰ ਸਿੰਘ ਸੀਨੀਅਰ ਚਾਹੁੰਦੇ ਨੇ ਕਿ ਹਾਕੀ ਚ ਇੰਡੀਆ ਤਰੱਕੀ ਕਰੇ ਬਹੁ ਗਿਣਤੀ ਤੇ ਘੱਟ ਗਿਣਤੀ ਦੇ ਫਰਕ ਸੰਬੰਧੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਜਾਣਕਾਰੀ ਹੈ ਪਰ ਇਹਦੇ ਬਾਵਜੂਦ ਉਹ ਭਾਰਤ ਦੀ ਹਾਕੀ ਦੇ ਵਿੱਚ ਤਰੱਕੀ ਚਾਹੁੰਦਾ ਮੈਨੂੰ ਤਾਂ ਸੱਚਮੁੱਚ ਕੋਈ ਸੰਤ ਬੰਦਾ ਹੀ ਲੱਗਦਾ ਦਰਵੇਸ਼ ਲੱਗਦਾ ਬੰਦਾ ਤੇ ਜੇ ਅੱਜ ਖਾਲਸਾ ਸਰਕਾਰ ਹੁੰਦੀ ਤਾਂ ਬਲਬੀਰ ਸਿੰਘ ਸੀਨੀਅਰ ਦਾ ਵੀ ਮਾਣ ਸਤਿਕਾਰ ਜ਼ਰੂਰ ਹੋਣਾ ਸੀ ਤੇ ਨਾਲ ਹੀ ਭਗਤ ਪੂਰਨ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ ਪਿੰਗਲਵਾੜੇ ਆਸ਼ਰਮ ਨੂੰ ਵੀ ਗੁਰਦੁਆਰਿਆਂ ਚ ਜਾਂ ਹੋਰਨਾਂ ਜਨਤਕ ਥਾਵਾਂ ਤੇ ਗੋਲਕਾ ਲਾਉਣ ਦੀ ਜ਼ਰੂਰਤ ਨਹੀਂ ਸੀ ਪੈਣੀ ਤੇ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਅਕਾਲ ਤਖ਼ਤ ਦੇ ਜਥੇਦਾਰ ਨੇ ਉਹਨਾਂ ਨੂੰ ਸ਼੍ਰੋਮਣੀ ਭਗਤ ਜਾਂ ਸ਼੍ਰੋਮਣੀ ਸੰਤ ਦੀ ਉਪਾਧੀ ਤਾਂ ਜ਼ਰੂਰ ਦੇ ਹੀ ਦੇਣੀ ਸੀ ਸੋ ਇਹ ਦੋ ਨਾਮ ਨੇ ਜਿਹੜੇ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹਾਂ ਇਹਨਾਂ ਬਾਰੇ ਨਾ ਤਾਂ ਸਾਡੇ ਚ ਚੇਤਨਾ ਨਾ ਅਸੀਂ ਬੀਤੇ ਹੋਏ ਸਮਿਆਂ ਚ ਗੱਲ ਕੀਤੀ ਹੈ ਇਹਨਾਂ ਬਾਰੇ ਮੈਨੂੰ ਲੱਗਿਆ ਕਿ ਇਹਨਾਂ ਦੋ ਸੰਤਾਂ ਬਾਰੇ ਗੱਲ ਕਰਨੀ ਚਾਹੀਦੀ ਹੈ
ਸ਼੍ਰੋਮਣੀ ਸੰਤ ਭਗਤ ਪੂਰਨ ਸਿੰਘ ਨੂੰ ਉਪਾਧੀ ਮਿਲਣੀ ਚਾਹੀਦੀ ਸੀ ਅਕਾਲ ਤਖ਼ਤ ਸਾਹਿਬ ਵੱਲੋਂ। ਇਸੇ ਤਰ੍ਹਾਂ ਬਲਵੀਰ ਸਿੰਘ ਸੀਨੀਅਰ ਦਾ ਵੀ ਬਣਦਾ ਜਿਹੜਾ ਮਾਣ ਸਤਿਕਾਰ ਹੈ ਉਹ ਹੋਣਾ ਚਾਹੀਦਾ ਸੀ। ਕਿਤੇ ਨਾ ਕਿਤੇ ਅਸੀਂ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਅਸੀਂ ਆਪਣੇ ਕਾਰਜਾਂ ਦੇ ਵਿੱਚ, ਅਸੀਂ ਆਪਣੇ ਲੂਣ ਤੇਲ ਦੇ ਚੱਕਰਾਂ ਦੇ ਵਿੱਚ ਅਜਿਹੇ ਲੋਕਾਂ ਨੂੰ ਲਗਾਤਾਰ ਭੁਲਾਈ ਬੈਠੇ ਹਾਂ, ਤੇ ਚਾਹੀਦਾ ਤਾਂ ਸਾਨੂੰ ਲਗਾਤਾਰ ਅਜਿਹੇ ਮੁੱਦਿਆਂ ਦੇ ਉੱਤੇ ਸੰਘਰਸ਼ ਕਰਨਾ ਚਾਹੀਦਾ ਸੀ। ਪਰ ਮੈਨੂੰ ਲੱਗਦਾ ਕਿ ਅਸੀਂ ਕੁਝ ਅਜਿਹੀਆਂ ਸਮੱਸਿਆਵਾਂ ਵਿੱਚ ਲਗਾਤਾਰ ਘਿਰਦੇ ਜਾ ਰਹੇ ਹਾਂ ਜਿਨ੍ਹਾਂ ਬਾਰੇ ਅਸੀਂ ਨਾ ਚਾਹੁੰਦੇ ਹੋਏ ਵੀ ਉਹਨਾਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਹਾਂ। ਅਸੀਂ ਨਾ ਚਾਹੁੰਦੇ ਹੋਏ ਵੀ ਉਹਨਾਂ ਗੱਲਾਂ ਦੇ ਵਿੱਚ ਲਗਾਤਾਰ ਉਲਝਦੇ ਜਾ ਰਹੇ ਹਾਂ। ਤਾਂ ਮੈਨੂੰ ਲੱਗਦਾ ਕਿ ਇਹ ਜਿਹੜੀ ਗੱਲਬਾਤ ਹੈ ਇਸ ਨੂੰ ਅੱਗੇ ਵਧਾਉਣ ਦੀ ਲੋੜ ਹੈ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਹੁਪੱਖੀ ਹੋ ਕੇ, ਬਹੁਪੱਖੀ ਮੋਰਚੇ ਖੋਲ ਕੇ ਅਸੀਂ ਇਹ ਜਿਹੜੀ ਗੱਲਬਾਤ ਹੈ ਇਸ ਨੂੰ ਅੱਗੇ ਵਧਾਈਏ। ਕਿਉਂਕਿ ਸਾਡੇ ਕੋਲ ਪੜ੍ਹਾਈ ਲਿਖਾਈ ਲਈ ਕੋਈ ਫਰੰਟ ਨਹੀਂ ਜਿਹੜਾ ਗੱਲਬਾਤ ਕਰ ਸਕੇ, ਸਾਡੇ ਕੋਲ ਸਮਾਜਿਕ ਚੇਤਨਾ ਫੈਲਾਉਣ ਦੇ ਲਈ ਕੋਈ ਫਰੰਟ ਕੰਮ ਨਹੀਂ ਕਰ ਰਿਹਾ, ਸਾਡੇ ਕੋਲ ਸਿੱਖਾਂ ਨੂੰ ਰੁਜ਼ਗਾਰ ਦੇ ਮਾਮਲੇ ਦੇ ਵਿੱਚ ਅਗਵਾਈ ਕਰਨ ਵਾਲਾ ਕੋਈ ਫਰੰਟ ਦਿਖਾਈ ਨਹੀਂ ਦੇ ਰਿਹਾ, ਸਾਡੇ ਕੋਲ ਸਿੱਖਾਂ ਦੇ ਵਿੱਚ ਰਾਜਨੀਤਿਕ ਭਾਵਨਾਵਾਂ ਪੈਦਾ ਕਰਨ ਦੇ ਲਈ ਕੋਈ ਫਰੰਟ ਕੰਮ ਨਹੀਂ ਕਰ ਰਿਹਾ, ਸਾਡੇ ਕੋਲ ਧਾਰਮਿਕ ਚੇਤਨਾ ਦੇ ਨਾਮ ਥੱਲੇ ਵੰਡੀਆਂ ਪਾਉਣ ਦੇ ਜਿਹੜੇ ਕਾਰਜ ਨੇ ਉਹ ਲਗਾਤਾਰ ਚੱਲ ਰਹੇ ਨੇ। ਧਾਰਮਿਕ ਧਰਮ ਇੱਕ ਅਜਿਹਾ ਮੁੱਦਾ ਜਿਸ ਦੇ ਉੱਤੇ ਅਸੀਂ ਬੜੀ ਜਲਦੀ ਤੈਸ਼ ਵਿੱਚ ਆਉਂਦੇ ਹਾਂ, ਅਸੀਂ ਬਹੁਤ ਜਲਦੀ ਉਸ ਦੇ ਉੱਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਨਾ ਚਾਹੁੰਦੇ ਹਾਂ। ਧਰਮ ਦੇ ਨਾਂ ਦੇ ਉੱਤੇ ਸਾਨੂੰ ਇੰਝ ਲੱਗਦਾ ਕਿ ਸਾਨੂੰ ਨਿੱਜੀ ਤੌਰ ਦੇ ਉੱਤੇ ਵੰਗਾਰਿਆ ਜਾ ਰਿਹਾ, ਜਿਵੇਂ ਸਾਨੂੰ ਕੋਈ ਸਾਡੇ ਕਾਲਰ ਤੋਂ ਫੜ ਕੇ ਸਾਡੇ ਘਰੋਂ ਧੂ ਰਿਹਾ ਹੋਵੇ ਬਾਹਰ ਨੂੰ, ਸਾਨੂੰ ਇੰਝ ਮਹਿਸੂਸ ਹੋਣ ਲੱਗਦਾ। ਸੋ ਇਹ ਜਿਹੜੇ ਚਾਰ ਪੰਜ ਕਾਰਜ ਨੇ ਉਹ ਸਾਰਿਆਂ ਨੂੰ ਅਸੀਂ ਬਿਲਕੁਲ ਅੱਖੋਂ ਪਰੋਖੇ ਕਰਕੇ ਸਿਰਫ ਤੇ ਸਿਰਫ ਧਰਮ ਬਾਰੇ ਗੱਲ ਕਰਨੀ ਜ਼ਿਆਦਾ ਲੋਚਦੇ ਹਾਂ। ਪਰ ਇਸ ਗੱਲ ਦੇ ਬਾਵਜੂਦ ਕਿ ਸਾਨੂੰ ਧਰਮ ਦੀ ਵੀ ਜਾਣਕਾਰੀ ਨਹੀਂ ਹੈ, ਇਸੇ ਕਾਰਨ ਜੋ ਇਹ ਤਰਾਸਦੀ ਬਣੀ ਹੋਈ ਹੈ ਇਸ ਵੇਲੇ, ਜਿਸ ਤਰਾਸਦੀ ਚੋਂ ਅਸੀਂ ਲੰਘ ਰਹੇ ਹਾਂ, ਜਿਸ ਕਿਸਮ ਦੀ ਸਿਚੁਏਸ਼ਨ ਦੇ ਵਿੱਚੋਂ, ਹਾਲਾਤ ਦੇ ਵਿੱਚੋਂ ਅੱਜ ਸਿੱਖ ਲੰਘ ਰਹੇ ਨੇ, ਉਸ ਦੇ ਵਿੱਚ ਜਿਹੜੀਆਂ ਪਹਿਲੀਆਂ ਚਾਰ ਗੱਲਾਂ ਕੀਤੀਆਂ ਨੇ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ, ਉਹਨਾਂ ਵੱਲ ਧਿਆਨ ਦੇਣਾ ਵੀ ਮੈਨੂੰ ਲੱਗਦਾ ਉਹ ਹੋਰ ਕਿਸਮ ਦੀ ਗੱਲ ਲੱਗੇਗੀ। ਜਦੋਂ ਕਿਸੇ ਬੰਦੇ ਨਾਲ, ਜਦੋਂ ਕਿਸੇ ਸੱਜਣ ਦੇ ਨਾਲ ਮੈਂ ਅਜਿਹੀ ਗੱਲ ਕਰਾਂਗਾ ਕਿ ਭਗਤ ਪੂਰਨ ਸਿੰਘ ਜੀ ਅਤੇ ਬਲਵੀਰ ਸਿੰਘ ਸੀਨੀਅਰ ਬਾਰੇ ਗੱਲ ਕਰਾਂਗਾ, ਤਾਂ ਉਹ ਮੈਨੂੰ ਮੂਰਖ ਕਹੇਗਾ। ਉਸਨੇ ਮੈਨੂੰ ਕਹਿਣਾ ਕਿ ਇੱਕ ਪਾਸੇ ਕੌਮ ਜਿਹੜੀ ਹੈ ਭੋਰਿਆਂ ਦੇ ਉੱਤੇ, ਦਸਮ ਗ੍ਰੰਥ ਦੇ ਉੱਤੇ ਜਾਂ ਕੈਲੰਡਰ ਦੇ ਉੱਤੇ ਜਿਹੜੀ ਹੈ ਦੁਵਿਧਾ ਦੇ ਵਿੱਚ ਪਈ ਹੈ, ਸਾਜਿਸ਼ ਦਾ ਸ਼ਿਕਾਰ ਹੋ ਰਹੀ ਹੈ। ਤੁਹਾਨੂੰ ਭਗਤ ਪੂਰਨ ਸਿੰਘ ਦੀ ਪਈ ਹੈ, ਤੁਹਾਨੂੰ ਕਿਤਾਬਾਂ ਪੜ੍ਹਨ ਦੀ ਪਈ ਹੈ, ਤੁਹਾਨੂੰ ਕੌਮ ਨੂੰ ਜਿਹੜਾ ਹੈ ਪੇਸ਼ੇਵਰ ਬਣਾਉਣ ਵੱਲ ਰੁਚੀ ਦਿਖਾ ਰਹੇ ਹੋ, ਤੁਸੀਂ ਕੌਮ ਨੂੰ ਐਜੂਕੇਸ਼ਨਲ ਤੌਰ ਦੇ ਉੱਤੇ ਮਜ਼ਬੂਤ ਕਰਨ ਬਾਰੇ ਸੋਚ ਰਹੇ ਹੋ, ਇੱਕ ਪਾਸੇ ਸਿੱਖੀ ਤੇ ਹਮਲੇ ਹੋ ਰਹੇ ਨੇ। ਤਾਂ ਮੈਨੂੰ ਲੱਗਦਾ ਕਿ ਜੇਕਰ ਅਸੀਂ ਪਹਿਲੇ ਤਿੰਨ ਚਾਰ ਜਿਹੜੇ ਪੁਆਇੰਟ ਨੇ, ਨੁਕਤੇ ਨੇ, ਉਹਨਾਂ ਦੇ ਉੱਤੇ ਕਾਰਜਸ਼ੀਲ ਹੋ ਜਾਈਏ ਤਾਂ ਜਿਹੜਾ ਉਹੀ ਮੈਨੂੰ ਲੱਗਦਾ ਕਿ ਅਸਲੀ ਧਰਮ ਹੋਊਗਾ, ਤੇ ਅਸੀਂ ਫਿਰ ਧਰਮ ਦੀਆਂ ਜੜ੍ਹਾਂ ਨੇ ਜਿਹੜੀਆਂ ਉਹਨਾਂ ਨੂੰ ਵੀ ਮਜ਼ਬੂਤ ਕਰ ਸਕਦੇ ਹਾਂ। ਬਹੁਤ ਸਾਰੇ ਸੱਜਣ ਕਈ ਵਾਰ ਪੁੱਛਦੇ ਨੇ ਕਿ ਇਹ ਸਾਰਾ ਵਰਤਾਰਾ ਜਿਹੜਾ ਹੈ, ਜਿਵੇਂ ਭਗਤ ਪੂਰਨ ਸਿੰਘ ਦੀ ਗੱਲ ਹੈ, ਇਹ ਅਜਿਹਾ ਕਿਉਂ ਹੁੰਦਾ। ਦੇਖੋ, ਇੱਕ ਬਹੁਤ ਵੱਡੀ ਸੰਸਥਾ ਬਣ ਚੁੱਕੀ ਹੈ ਪਿੰਗਲਵਾੜਾ। ਜੇ ਤੁਸੀਂ ਪਿੰਗਲਵਾੜੇ ਦੇ ਵਿੱਚ ਅੱਜ ਜਾ ਕੇ ਦੇਖੋ ਤਾਂ ਉਸ ਕਾਰਜ ਨੂੰ ਦੇਖ ਕੇ ਜੋ ਇਸ ਵੇਲੇ ਹੋ ਰਿਹਾ ਉੱਥੇ, ਤਾਂ ਬਿਲਕੁਲ ਅਜਿਹਾ ਲੱਗਦਾ ਉਸ ਮਾਹੌਲ ਦੇ ਵਿੱਚ ਉੱਥੇ ਜਦੋਂ ਅਸੀਂ ਪ੍ਰਵੇਸ਼ ਕਰਦੇ ਹਾਂ, ਦਾਖਲ ਹੁੰਦੇ ਹਾਂ, ਜਿਸ ਤਰੀਕੇ ਨਾਲ ਉੱਥੇ ਸਮਾਜ ਦੀ ਦੁਖੀ, ਸਮਾਜ ਦੇ ਦੁਖੀ ਵਰਗ ਦੀ ਜਿਵੇਂ ਸੇਵਾ ਹੋ ਰਹੀ ਹੈ, ਤਾਂ ਸਾਨੂੰ ਮਹਿਸੂਸ ਹੁੰਦਾ ਕਿ ਅਸੀਂ ਸੱਚ ਦੇ ਵਿੱਚ ਹੀ ਕਿਸੇ ਅਸਲੀ ਗੁਰਦੁਆਰੇ ਦੇ ਵਿੱਚ, ਅਸਲੀ ਕਿਸੇ ਇਬਾਦਤ ਗਾਹ ਦੇ ਵਿੱਚ ਪਹੁੰਚ ਗਏ ਜਿੱਥੇ ਰੱਬ ਦੇ ਦਰਸ਼ਨ ਕੀਤੇ ਜਾ ਸਕਦੇ ਨੇ।
ਜਿੱਥੇ ਤੁਹਾਨੂੰ ਆਪਣੇ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਕਰਮ ਕੀਤੇ ਨੇ ਉਹਨਾਂ ਦਾ ਮੁਲਾਂਕਣ ਕਰਨ ਦਾ ਉਹਨਾਂ ਦਾ ਅਧਿਐਨ ਕਰਨ ਦਾ ਮੌਕਾ ਮਿਲਦਾ। ਚਾਹੇ ਤੁਸੀਂ ਇੱਕ ਮਿੰਟ ਲਈ ਉੱਥੇ ਬੈਠੋ, ਚਾਹੇ ਤੁਸੀਂ ਇੱਕ ਮਿੰਟ ਲਈ ਉੱਥੇ ਠਹਿਰਾ ਕਰੋ। ਭਗਤ ਪੂਰਨ ਸਿੰਘ ਦੇ ਜੀਵਨ ਬਾਰੇ ਮੈਨੂੰ ਲੱਗਦਾ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਤਸਦੀਕ ਕਰਨ ਦੀ ਜਾਂ ਗਵਾਹੀ ਦੀ ਜ਼ਰੂਰਤ ਨਹੀਂ ਹੋਊਗੀ। ਕਿਵੇਂ ਉਸ ਇਨਸਾਨ ਨੇ ਜਿਹੜੇ ਦੁਖੀ ਲੋਕ ਨੇ ਉਹਨਾਂ ਦੀ ਸੇਵਾ ਕੀਤੀ, ਕਿਵੇਂ ਉਹ ਇਸ ਮੁਕਾਮ ਦੇ ਉੱਤੇ ਸਨ ਜਿਹੜੇ ਪਹੁੰਚੇ। ਜਦੋਂ ਦਰਬਾਰ ਸਾਹਿਬ ਦੇ ਉੱਤੇ ਭਾਰਤ ਸਰਕਾਰ ਨੇ ਹਮਲਾ ਕੀਤਾ ਤਾਂ ਉਹਨਾਂ ਨੇ ਆਵਾਜ਼ ਉਠਾਈ ਸੀ ਤੇ ਆਪਣਾ ਉਹਨਾਂ ਨੇ ਅਵਾਰਡ ਦਿੱਤਾ ਗਿਆ ਸੀ ਉਹਨਾਂ ਨੂੰ ਪਦਮ ਸ਼੍ਰੀ ਦਾ, ਉਹ ਉਹਨਾਂ ਨੇ ਵਾਪਸ ਕੀਤਾ ਸੀ। ਸੋ ਉਹ ਅਵਾਰਡ ਵਾਪਸ ਕੀਤਾ ਸੀ ਉਹਨਾਂ ਨੇ, ਇਹ ਬਹੁਤ ਘੱਟ ਲੋਕਾਂ ਨੂੰ ਪਤਾ। ਤੇ ਕਿਤੇ ਉਹ ਅਵਾਰਡ ਵਾਪਸ ਕਰਨ ਦੀ ਜਿਹੜੀ ਗੱਲ ਹੈ ਭਗਤ ਪੂਰਨ ਸਿੰਘ ਦੇ ਜੀਵਨ ਦੇ ਵਿੱਚ ਜੁੜੀ ਹੋਈ ਹੈ, ਜਿਹੜੀ ਕਿ ਇਤਿਹਾਸਿਕ ਘਟਨਾ ਬਣ ਚੁੱਕੀ ਹੈ, ਕਿਧਰੇ ਉਹ ਜਿਹੜੀ ਘਟਨਾ ਜਾਂ ਉਹ ਜਿਹੜੀ ਗੱਲ ਹੈ ਉਹਨਾਂ ਦੀ, ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਸੰਤ ਦਾ ਜਿਹੜਾ ਅਵਾਰਡ ਹੈ, ਅਹੁਦਾ ਹੈ, ਉਪਾਧੀ ਹੈ ਮਰਨ ਉਪਰੰਤ, ਉਹ ਦੇਣ ਦੇ ਵਿੱਚ ਵੱਡੀ ਰੁਕਾਵਟ ਤਾਂ ਨਹੀਂ? ਕੌਣ ਲੋਕ ਨੇ ਉਹ? ਸੋ ਇੱਕ ਗੱਲ ਤਾਂ ਸਾਨੂੰ ਸਪਸ਼ਟ ਹੈ ਕਿ ਸਾਡੀਆਂ ਜਿਹੜੀਆਂ ਇੰਸਟੀਟਿਊਸ਼ਨ ਨੇ ਜਿੰਨੀਆਂ ਵੀ, ਉਹਨਾਂ ਦੇ ਉੱਤੇ ਕੌਣ ਬੈਠਾ, ਕੌਣ ਕਿਹਨਾਂ ਦਾ ਕਬਜ਼ਾ, ਉਹਦੇ ਬਾਰੇ ਜਿਹੜਾ ਹੈ ਉਹ ਬਹੁਤ ਸਾਨੂੰ ਗਹਿਰ ਗੰਭੀਰ ਹੋ ਕੇ ਸਾਨੂੰ ਸੋਚਣ ਦੀ ਲੋੜ ਹੈ। ਤੇ ਨਾਲ ਹੀ ਸਾਨੂੰ ਜਿਹੜੀ ਹੈ ਆਪਣੇ ਬੱਚਿਆਂ ਨੂੰ ਜਾਂ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੇ ਤੋਂ ਛੋਟੇ ਨੇ ਜਿਹਨਾਂ ਨੂੰ ਪਿੰਗਲ ਵਾੜੇ ਬਾਰੇ ਨਹੀਂ ਪਤਾ, ਉਹ ਜ਼ਰੂਰ ਉਹਨਾਂ ਨੂੰ ਉੱਥੇ ਉਹਨਾਂ ਬਾਰੇ ਦੱਸਣਾ ਚਾਹੀਦਾ, ਗੱਲ ਕਰਨੀ ਚਾਹੀਦੀ ਹੈ, ਤਾਂ ਕਿ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ਕਿ ਭਗਤ ਪੂਰਨ ਸਿੰਘ ਕੌਣ ਸਨ। ਇਹ ਭਾਰਤ ਦੇ ਵਿੱਚ ਹੀ ਨਹੀਂ ਸਿਰਫ ਪਿੰਗਲਵਾੜਾ, ਇਹ ਪੂਰੀ ਦੁਨੀਆ ਦੇ ਵਿੱਚ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਵੱਡਾ ਕੇਂਦਰ ਹੈ। ਇਹ ਤੁਸੀਂ ਦੁਨੀਆ ਦੇ ਵਿੱਚ ਇਹ ਖੰਗਾਲ ਕੇ ਦੇਖ ਲਓ, ਚੀਜ਼ਾਂ ਜਾਣਕਾਰੀ ਤੁਹਾਨੂੰ ਨਹੀਂ ਮਿਲੇਗੀ ਜੋ ਤੁਹਾਨੂੰ ਮਾਨਾ ਵਾਲੇ ਵਿਖੇ ਭਗਤ ਪੂਰਨ ਸਿੰਘ ਵੱਲੋਂ ਚਲਾਏ ਜਾ ਰਹੇ, ਉਹਨਾਂ ਵੱਲੋਂ ਜੋ ਸ਼ੁਰੂ ਕੀਤਾ ਗਿਆ ਸੀ ਉਹ ਪਿੰਗਲਵਾੜਾ ਆਸ਼ਰਮ, ਜੋ ਉੱਥੇ ਜਾ ਕੇ ਤੁਹਾਨੂੰ ਇੱਕ ਵੱਡੇ ਕੇਂਦਰ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਮਿਲਦੀ ਹੈ ਗਵਾਹੀ, ਜੋ ਇਸ ਤੋਂ ਵੱਡੀ ਕੋਈ ਮੈਨੂੰ ਨਹੀਂ ਲੱਗਦਾ ਕੋਈ ਉਦਾਹਰਣ ਹੋਊਗੀ। ਇਹਦੇ ਚ ਸਮੇਂ ਸਮੇਂ ਦੇ ਉੱਤੇ ਚੋਟੀ ਦੇ ਜਿਹੜੇ ਮਹਾਨ ਲੇਖਕ ਹੋਏ ਨੇ ਦੁਨੀਆਂ ਦੇ, ਉਹਨਾਂ ਨੇ ਭਗਤ ਪੂਰਨ ਸਿੰਘ ਦੇ, ਮੈਨੂੰ ਨਾਮ ਮੈਂ ਲਿਖੇ ਸੀਗੇ ਉਹ ਕਿਹੜੇ ਕਿਹੜੇ ਸੱਜਣ ਉੱਥੇ ਪਹੁੰਚੇ ਆਪਣੇ ਨੋਟਸ ਦੇ ਵਿੱਚ, ਪਰ ਉਹ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਜਾਣਕਾਰੀ ਦਿਆਂਗਾ। ਤੇ ਇਹਦੇ ਨਾਲ ਹੀ ਜਿਹੜੇ ਚੋਟੀ ਦੇ ਪੱਤਰਕਾਰ ਨੇ ਇਲੈਕਟ੍ਰੋਨਿਕ ਮੀਡੀਆ ਦੇ ਤੇ ਪ੍ਰਿੰਟ ਮੀਡੀਆ ਦੇ, ਉਹ ਉੱਥੇ ਪਿੰਗਲਵਾੜਾ ਦੇ ਵਿੱਚ ਪਹੁੰਚੇ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੇ ਵਰਲਡ ਦੇ ਵਿੱਚ ਮਨੁੱਖਤਾ ਦੀ ਕਿਸੇ ਨੇ ਸੇਵਾ ਕੀਤੀ ਹੈ ਤਾਂ ਉਹ ਭਗਤ ਪੂਰਨ ਸਿੰਘ ਨੇ ਕੀਤੀ ਹੈ। ਇਹ ਇੱਕ ਮਾਣ ਵਾਲੀ ਗੱਲ, ਇੱਕ ਬਹੁਤ ਵੱਡੀ ਗੱਲ ਹੈ। ਤੇ ਇਹਦੇ ਚ ਮੈਨੂੰ ਲੱਗਦਾ ਕਿ ਜੋ ਭਾਈ ਘਨੱਈਆ ਨੇ ਰੈੱਡ ਕਰਾਸ, ਇਹ ਤਾਂ ਨਾਈਟਿੰਗੇਲ ਤੋਂ ਮੰਨਦੇ ਨੇ ਜੋ ਪੱਛਮ ਵਾਲੇ ਲੋਕ ਨੇ, ਵਿਦਵਾਨ ਨੇ, ਜਾਂ ਉਹ ਇੱਕ ਪਰੰਪਰਾਵਾਦੀ ਜੋ ਇੱਕ ਧਾਰਾ ਲੈ ਕੇ ਚੱਲੇ ਨੇ, ਉਹ ਨਾਈਟਿੰਗੇਲ ਨੂੰ ਮੰਨਦੇ ਨੇ, ਰੈੱਡ ਕਰਾਸ ਦੀ ਜਿਹੜੀ ਸ਼ੁਰੂਆਤ ਹੈ ਉਹਦੇ ਤੋਂ ਮੰਨਦੇ ਨੇ। ਪਰ ਉਸ ਤੋਂ ਬਹੁਤ ਸਮਾਂ ਪਹਿਲਾਂ ਭਾਈ ਘਨੱਈਆ ਜੀ ਵੱਲੋਂ ਗੁਰੂ ਗੋਬਿੰਦ ਸਿੰਘ ਸਮੇਂ, ਉਹ ਜਿਹੜੀ ਜੰਗਾਂ ਯੁੱਧਾਂ ਚ ਹੁੰਦਾ ਸੀ ਭੰਗਾਣੀ ਦੇ ਯੁੱਧ ਸਮੇਂ, ਉਦੋਂ ਇਹ ਜਿਹੜਾ ਹੈ ਉਹ ਸ਼ੁਰੂਆਤ ਹੋ ਚੁੱਕੀ ਸੀ। ਸੋ ਇਹਦੇ ਬਾਰੇ ਕੋਈ ਦੋ ਰਾਵਾਂ ਦੀ, ਪਹਿਲਾਂ ਤਾਂ ਅਸੀਂ ਭਾਈ ਘਨੱਈਆ ਬਾਰੇ ਦੀ ਉਸ ਪੱਧਰ ਦੇ ਉੱਤੇ ਗੱਲ ਕਰ ਸਕੇ, ਤਾਂ ਮੈਨੂੰ ਲੱਗਦਾ ਕਿ ਜਿਹੜਾ ਭਗਤ ਪੂਰਨ ਸਿੰਘ ਨੇ ਉਹ ਭਾਈ ਘਨੱਈਆ ਨੇ ਜੋ ਰੀਤ ਤੋਰੀ ਸੀ, ਜੋ ਪਰੰਪਰਾ ਸਥਾਪਿਤ ਕੀਤੀ ਸੀ, ਉਸੇ ਦਾ ਹੀ ਦੂਜਾ ਰੂਪ ਸਨ ਤੇ ਉਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਨੇ। ਤਾਂ ਮੈਨੂੰ ਲੱਗਦਾ ਕਿ ਉਹ ਜਿਹੜੀ ਰੀਤ ਹੈ, ਉਹ ਜਿਹੜੀ ਗੱਲ ਹੈ ਭਾਈ ਘਨੱਈਆ ਦੀ ਭਗਤ ਪੂਰਨ ਸਿੰਘ ਜੀ ਤੱਕ, ਤੇ ਜਿਸ ਨੂੰ ਡਾਕਟਰ ਬੀਬੀ ਇੰਦਰਜੀਤ ਕੌਰ ਹੋਰੀ ਹੁਣ ਅੱਗੇ ਤੋਰ ਰਹੇ ਨੇ, ਉਹ
ਉਸੇ ਦੀ ਜਿਹੜੀ ਧਾਰਾ ਹੈ ਉਸ ਨੂੰ ਅੱਗੇ ਤੋਰ ਰਹੇ ਨੇ। ਇਹਦੇ ਚ ਕਠਿਨਾਈਆਂ ਨੇ ਜਿਹੜੀਆਂ ਉਸ ਨੂੰ ਮਾਨਤਾ ਦੇਣ ਦੀਆਂ ਨੇ ਸਿੱਖ ਜਥੇਦਾਰਾਂ ਵੱਲੋਂ ਸਿੱਖ ਲੀਡਰਾਂ ਵੱਲੋਂ ਉਸ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਹਾਂ ਠੀਕ ਹੈ ਕਿਤੇ ਕੋਈ ਕਾਰਜ ਅਜਿਹਾ ਹੁੰਦਾ ਸਮਾਜ ਦੇ ਵਿੱਚ ਆਮ ਵਰਗ ਵੱਲੋਂ ਹੁੰਦਾ, ਉੱਥੇ ਬਹੁਤ ਸਾਰੇ ਦੇਖੋ ਜਾਂਦੇ ਨੇ ਲੋਕ ਫੋਟੋਆਂ ਖਿਚਾਉਂਦੇ ਨੇ, ਪਰ ਭਗਤ ਪੂਰਨ ਸਿੰਘ ਦਾ ਜੋ ਕਾਰਜ ਹੈ ਜੋ ਉੱਥੇ ਕੇਂਦਰ ਹੈ ਉਹਨਾਂ ਵੱਲੋਂ ਸਥਾਪਿਤ ਕੀਤਾ ਹੋਇਆ ਉਸ ਦੇ ਵਿੱਚ ਇਹ ਜਿਹੜੇ ਲੋਕ ਨੇ ਜਾਣ ਤੋਂ ਕੰਨੀ ਕਤਰਾਉਂਦੇ ਨੇ, ਜਾਣਾ ਚਾਹੁੰਦੇ ਨੇ, ਚੰਗਾ ਲੱਗਦਾ ਇਹਨਾਂ ਨੂੰ, ਵਧੀਆ ਲੱਗਦਾ। ਨਿੱਜੀ ਤੌਰ ਦੇ ਉੱਤੇ ਕਈ ਲੀਡਰਾਂ ਨਾਲ ਮੇਰੀ ਗੱਲ ਵੀ ਹੋਈ ਹੈ, ਪਰ ਉੱਥੇ ਜਾ ਕੇ ਕੋਈ ਸਟੇਟਮੈਂਟ ਦੇਣੀ, ਉੱਥੇ ਜਾ ਕੇ ਉਹਨਾਂ ਲੋਕਾਂ ਦੇ ਵਿੱਚ ਸਮਾਂ ਬਿਤਾਉਣਾ ਜਾਂ ਉੱਥੇ ਜਾ ਕੇ ਭਗਤ ਪੂਰਨ ਸਿੰਘ ਸਵਰਗਵਾਸੀ ਹੋਰਾਂ ਦੀ ਉਹਨਾਂ ਦੀ ਗੱਲ ਕਰਨੀ, ਇਹ ਇਹਨਾਂ ਲੋਕਾਂ ਨੂੰ ਗਵਾਰਾ ਨਹੀਂ। ਕਿਉਂ ਕਿਉਂਕਿ ਮੈਂ ਗੱਲ ਦੱਸੀ ਹੈ ਕਿ ਇੱਕ ਤਾਂ ਉਹਨਾਂ ਨੇ 1984 ਦੇ ਵਿੱਚ ਜੋ ਜੂਨ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋਇਆ ਸੀ ਉਹਦੇ ਰੋਸ ਵਜੋਂ ਆਪਣਾ ਪਦਮ ਸ੍ਰੀ ਅਵਾਰਡ ਜਿਹੜਾ ਉਹ ਵਾਪਸ ਕੀਤਾ ਸੀ ਤੇ ਉਹਨਾਂ ਨੇ ਇੰਦਰਾ ਗਾਂਧੀ ਦੀ ਆਲੋਚਨਾ ਵੀ ਕੀਤੀ ਸੀ। ਇਹ ਗੱਲ ਗਵਾਰਾ ਦੀ, ਹੁਣ ਇਹ ਗੱਲ ਤੋਂ ਕੀ ਕੋਈ ਭਾਰਤ ਸਰਕਾਰ ਦਬਾਅ ਹੈ ਨਾ ਲੀਡਰਾਂ ਦੇ ਉੱਤੇ? ਪਰ ਜੇ ਦਬਾਅ ਨਹੀਂ ਹੈ ਤਾਂ ਫਿਰ ਉੱਥੇ ਜਾਂਦੇ ਕਿਉਂ ਨੀ? ਉੱਥੇ ਜਾ ਕੇ ਖੁੱਲੇ ਤੌਰ ਦੇ ਉੱਤੇ ਉਹਨਾਂ ਦੀਆਂ ਜੋ ਸੇਵਾਵਾਂ ਨੇ ਮਨੁੱਖਤਾ ਦੇ ਪ੍ਰਤੀ ਉਹਨਾਂ ਦਾ ਜ਼ਿਕਰ ਕਿਉਂ ਨੀ ਕਰਦੇ? ਇਹ ਇੱਕ ਸੋਚਣ ਲਈ ਮਜਬੂਰ ਕਰਨ ਵਾਲੀ ਗੱਲ ਹੈ ਸਾਨੂੰ, ਜਿਹੜੀ ਲਗਾਤਾਰ ਮਜਬੂਰ ਕਰਦੀ ਹੈ। ਸੋ ਮੈਨੂੰ ਲੱਗਦਾ ਕਿ ਅਸੀਂ ਇੱਥੇ ਇੱਕ ਬ੍ਰੇਕ ਲਈ ਰੁਕਦੇ ਹਾਂ ਤੇ ਬ੍ਰੇਕ ਤੋਂ ਬਾਅਦ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ। ਸੋ ਇਸ ਵਿਚਾਰ ਚਰਚਾ ਨੂੰ, ਇਸ ਗੱਲਬਾਤ ਨੂੰ ਅਸੀਂ ਅੱਗੇ ਤੋਰਾਂਗੇ ਤੇ ਦੱਸਾਂਗੇ ਭਗਤ ਪੂਰਨ ਸਿੰਘ ਜੀ ਦੇ ਜਿਹੜੇ ਇਸ ਸਨ, ਜੋ ਉਹਨਾਂ ਨੇ ਕਾਰਜ ਨਿਭਾਇਆ, ਜੋ ਉਹਨਾਂ ਨੇ ਸੇਵਾ ਕੀਤੀ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸੋ ਸੁਣਦੇ ਰਹੋ ਤੁਸੀਂ ਇਸੇ ਤਰ੍ਹਾਂ ਹੱਕ ਸੱਚ ਦੀ ਆਵਾਜ਼ ਰੇਡੀਓ ਵਾਇਸ ਆਫ ਖਾਲਸਾ। ਮਿੱਤਰਾਂ ਨੇ ਟਰੱਕ ਸਟਾਪ ਖੋਲਿਆ, ਮਿੱਤਰਾਂ ਨੇ ਟਰੱਕ ਸਟਾਪ। ਓਹੋ ਬਾਈ ਕੀ ਹੋ ਗਿਆ ਤੈਨੂੰ, ਤੂੰ ਤਾਂ ਗਾਣਾ ਗਲਤ ਗਾਈ ਜਾਂਦਾ, ਸਹੀ ਗਾਣਾ ਦਾ ਮਿੱਤਰਾਂ ਨੇ ਢਾਬਾ ਖੋਲਿਆ। ਓ ਨਹੀਂ ਨਹੀਂ ਬਾਈ ਜੀ, ਸਾਡੇ ਮਿੱਤਰਾਂ ਨੇ ਤਾਂ ਟਰੱਕ ਸਟਾਪ ਹੀ ਖੋਲਿਆ। ਓ ਅੱਛਾ ਜੀ? ਹਾਂਜੀ, ਕਿੰਗਸ ਟ੍ਰੈਵਲ ਪਲਾਜ਼ਾ 90 ਤੋਂ ਬਾਅਦ US ਹਾਈਵੇ 69 South ਦੇ ਵਿੱਚ, ਓਕਲਾਹਾਮਾ ਸਟੇਟ ਦੇ ਸਵਾਨਾ ਸ਼ਹਿਰ ਦੇ ਵਿੱਚ। ਅੱਛਾ, ਉੱਥੇ ਹੋਰ ਵੀ ਕੋਈ ਸਹੂਲਤ ਹੈ? ਹਾਂਜੀ ਬਾਈ ਜੀ, ਉੱਥੇ ਬੜੀਆਂ ਸਹੂਲਤਾਂ ਨੇ। ਸ਼ੋਵਰ, ਵੀਪੀ ਫਿਊਲਸ ਆਪਣੇ ਏਰੀਆ ਦੇ ਸਭ ਤੋਂ ਸਸਤਾ ਅਤੇ ਪੰਜਾਬੀ ਤੰਦੂਰ। ਇੰਨਾ ਹੀ ਨਹੀਂ, ਜੇ ਤੁਸੀਂ 50 ਗੈਲਨ ਫਿਊਲ ਭਰਵਾਓਗੇ ਤਾਂ ਸ਼ੋਵਰ ਅਤੇ ਖਾਣਾ ਬਿਲਕੁਲ ਫ੍ਰੀ। ਜਿਆਦਾ ਜਾਣਕਾਰੀ ਲਈ ਸੰਪਰਕ ਕਰੋ ਕਿੰਗਸ ਟ੍ਰੈਵਲ ਪਲਾਜ਼ਾ, ਫੋਨ ਨੰਬਰ 9185483241। ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ, ਚੱਲ ਚੱਲੀਏ। ਉਹ ਸੁਣੋ ਜੀ, ਹੁਣ ਟਰੱਕ ਤਾਂ ਲੈ ਲਿਆ, ਆ ਪਰਮਿਟ ਸ਼ਰਮਿਟ ਦਾ ਕੀ ਕਰਨਾ ਆ? ਉਹ ਆਪਣੇ ਔਨ ਟਾਈਮ ਐਕਟ ਵਾਲੇ ਜਸਵੀਰ ਸਿੰਘ ਨੀ ਹੈਗੇ, ਜਿਨ੍ਹਾਂ ਕੋਲੋਂ ਪਰਮਿਟ, ਡਰੱਗ ਟੈਸਟ, USD.MC ਨੰਬਰ ਤੇ ਪ੍ਰੀ ਪਾਸ ਸਾਰਾ ਕੁਝ ਇੱਕੋ ਦੁਕਾਨ ਤੇ ਮਿਲ ਜਾਂਦਾ। ਕੌਣ ਕੌਣ? ਔਨ ਟਾਈਮ ਐਕਟਾ ਵਾਲੇ ਜਸਵੀਰ ਸਿੰਘ। ਤੇ ਫਿਰ ਸੋਚਦੇ ਕੀ ਆ, ਲਾਓ ਉਹਨਾਂ ਨੂੰ ਫੋਨ। ਜਸਵੀਰ ਸਿੰਘ ਨੂੰ ਹੁਣੇ ਲਾ ਦਿੰਦੇ ਜੀ, 214-790-0835 214-790-0835। ਉਹ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ, ਚੱਲ ਚੱਲੀਏ। ਕੀ ਗੱਲ ਵੀਰ, ਬੜਾ ਪਰੇਸ਼ਾਨ ਲੱਗਦਾ। ਉਹ ਪਰੇਸ਼ਾਨ ਨਾ ਹੋਵਾਂ ਭਰਾਵਾ, ਤੇ ਹੋਰ ਕੀ ਕਰਾਂ, ਕਦੇ ਇੱਕ ਟਰੱਕ ਦਾ ਖਰਚਾ ਤੇ ਕਦੇ ਦੂਜੇ ਦਾ। ਉਹ ਲੈ ਵੀਰ, ਜਿੱਥੇ ਹੋਵੇ ਸਾਡਾ ਵੀਰ ਖਰਚਾ, ਉੱਥੇ ਹੋਵੇ ਬੜਾ ਹੀ ਘੱਟ ਖਰਚਾ। ਉਹ ਕੀ ਮਤਲਬ? ਉਹ ਮਤਲਬ ਹੈ ਕਿ ਖਰਚਾ ਟਾਇਰ ਤੇ ਟਰੱਕ ਰਿਪੇਅਰ, ਜੋ ਕਿ ਟਰੱਕਾਂ ਤੇ ਟਰਾਲਿਆਂ ਦੀ ਰਿਪੇਅਰ ਮੇਨਟੇਨੈਂਸ, ਵੈਟ ਕੈਟ, ਟਾਇਰ, ਵੈਲਡਿੰਗ, 24 ਘੰਟੇ ਰੋਡ ਸਾਈਡ ਅਸਿਸਟੈਂਸ ਤੇ ਟਰੱਕਾਂ ਟਰਾਲਿਆਂ ਦੇ ਛੋਟੇ ਮੋਟੇ ਹਰ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ। ਤੇ ਫਿਰ ਵੀਰ ਐਡਰੈਸ ਵੀ ਦੇ ਦਿਓ। ਖਰਚਾ ਟਾਇਰ ਐਂਡ ਟਰੱਕ ਰਿਪੇਅਰ, 1501 ਵੈਸਟ ਚਾਰਟਰ ਵੇ, ਸਟੋਕਟਨ, ਕੈਲੀਫੋਰਨੀਆ, 209-215-4000, 209-215-4000। ਖਰਚਾ ਟਾਇਰ ਐਂਡ ਟਰੱਕ ਰਿਪੇਅਰ। ਸੁਣੋ ਜੀ। ਹਾਂਜੀ ਸੁਣਾਓ ਜੀ। ਮੈਨੂੰ ਨੀ ਪਤਾ। ਓਹੋ ਕੀ ਨੀ ਪਤਾ? ਕਿਟੀ ਦੀ ਇੰਗੇਜਮੈਂਟ ਤੇ ਟੀਨੂ ਨੇ ਕਿੰਨਾ ਸੋਹਣਾ ਸੂਟ ਪਾਇਆ ਸੀ, ਜੁਐਲਰੀ ਦੇਖੀ ਸੀ, ਵਾਓ ਕਿੰਨੀ ਸੋਹਣੀ ਸੀ, ਨਾਲੇ ਜੁੱਤੀ ਵੀ ਕਿੰਨੀ ਸੋਹਣੀ ਸੀ। ਹੋਏਗੀ, ਮੈਂ ਕੀ ਕਰਾਂ? ਕਰਨਾ ਕੁਝ ਨਹੀਂ, ਮੈਨੂੰ ਮੇਰਾ ਪੈਸ਼ਨ ਲੈ ਕੇ ਚੱਲੋ। ਮੇਰਾ ਪੈਸ਼ਨ?
हां जी मेरा पैशन जिथे सूट ज्वेलरी ते जुतियां दी बेशुमार वैरायटी है ते रेट भी वाजिब है। अच्छा चल फिर चलिए मेरा पैशन। मेरा पैशन फॉर मोर डिटेल्स कॉल 9179576467 और ईमेल एट mera1passion@gmail.com और यू कैन फाइंड अस ऑन फेसबुक ऑल्सो facebook.com/mera passion। इश्नूर बेटा ये की कर रहे हो? मामा मैं अपनी बुगनी चौं कॉइंस काउंट कर रही हूँ। अच्छा तो मेरे कॉइंस का की करना मेरे बेटे ने? जिधर तुसी थे पापा दे सन करते हैं उदा वे मैं भी अपनी बुगनी चौं दे सन करना चाहूंगी। अच्छा तुसी दसवंत करना चाहते हो तो फिर मेरे बेटे ने दसवंत कितने देना है? मैं देना है हक सच दी आवाज रेडियो वॉइस ऑफ खालसा में देना है क्योंकि वो अपने सिखा दे हक दी गल करता है। शाबाश बेटा। वाहेगुरु जी का खालसा वाहेगुरु जी की फतेह। मैं अदाकार नरेंद्र पाल सिंह मीना ते तुसी सुन रहे हो हक सच दी आवाज रेडियो वॉइस ऑफ खालसा। हक सच इंसाफ दी आवाज। हाँ जी ब्रेक तो बाद एक बार फिर तुहाडा सारयां दा स्वागत है जी हक सच दी आवाज रेडियो वॉइस ऑफ खालसा दे प्रोग्राम दीवे दी लो दे विच। तुहानू दस दईए कि दीवे दी लो दा इह प्रोग्राम बर्निन कैनेडा तो दुखिया परिवार वालों स्पॉन्सर किया गया। बर्निन कैनेडा तो दुखिया परिवार वालों दीवे दी लो दा इह एपीसोड जिहड़ा है स्पॉन्सर किया गया। बहुत बहुत धन्यवाद जी दुखिया परिवार दा। समूह रेडियो वॉइस ऑफ खालसा दी मैनेजमेंट वालों सो असी प्रोग्राम कर रहे जी इस वेले दीवे दी लो प्रोग्राम ते इहदे च अज दा विशा है भगत पूरन सिंह जी पिंगलवाड़ा दीआं सेवावां अते हॉकी दे बेताज बादशाह बलबीर सिंह सीनियर होरां दे बारे असी गलबात कर रहे हां। सो इस प्रोग्राम दे विच साडे नाल जिहड़े ने कॉलर जुड़ चुके ने ते मैं दस दिआं कि भगत पूरन सिंह जी की जो कुर्बानी है जो उन्होंने कार्ज ने उन्होंने लगातार अखों परोखे किया गया। इस बलबीर सिंह सीनियर ने जिहड़े भारतीय लॉबी का शिकार ने लगातार। सो असी हुण गल करते हैं जी साडे कॉलर ने जिहड़े 4648 उन्होंने नंबर है 4648 उन्होंने असी इस गलबात शामिल करते हैं। हैलो हाँ जी सरदार सुरिंदर सिंह जी वाहिगुरु जी खालसा वाहिगुरु फतेह जी मैं पाखर सिंह बोल रहा। वाहिगुरु जी का खालसा वाहिगुरु जी की फतेह। हाँ जी हाँ जी पाखर सिंह जी तुहाडा स्वागत है जी। हाँ जी थोड़ी जिहड़ी मेहनत है इहनूं सलूट है इहनूं बूर तां ही बणा जद असीं इकट्ठे होवांगे गुरु ग्रंथ गुरु पंथ इक संगत इकट्ठी करो। हाँ जी हाँ जी ते सानूं अगवाई देण वाले पहलां ते धोखेबाज आउंदे आ। हाँ जी ਤੁਸੀਂ ਪਹਿਲਾਂ ਤੇ ਦੇਖ ਲਓ ਭਾਈ ਉਹ ਦੂਜੇ ਪਾਸੇ ਪੱਗਾਂ ਬਣ ਕੇ ਦਾੜੀ ਰੱਖ ਕੇ ਆਈ ਜਾਂਦੇ ਆ ਕੋਈ ਕੁਛ ਬਣ ਕੇ ਕੁਛ ਬਾਅਦ ਹਰੇ ਤੱਕ ਵੀ ਹੁਣ ਤਾਂ ਡਰਾਂ ਆ ਰਹੀਆਂ। ਹਾਂਜੀ ਉਹਨਾਂ ਨੂੰ ਪਛਾਣੋ ਤੇ ਜਿਹੜੇ ਅੰਦਰ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਬਾਕੀ ਤੁਸੀਂ ਬਹੁਤ ਗਿਣਤੀ ਭਾਈਚਾਰਾ ਕਹਿੰਦੇ ਆ ਤੁਸੀਂ ਤੁਹਾਨੂੰ ਪਤਾ ਉਹ ਇਹ ਬਹੁਤ ਗਿਣਤੀ ਹੈ ਨਹੀਂ ਇਹ ਲੋਕੀ ਬੜੇ ਸ਼ੈਤਾਨ ਇਹ ਪਹਿਲਾਂ ਜਿਹਨਾਂ ਲੋਕਾਂ ਦੇ ਪਿੱਛੇ ਕੰਡੇ ਬੰਨਦੇ ਸੀ ਤਿੰਨਾਂ 'ਚ ਸਿੱਕੇ ਪਾਉਂਦੇ ਸੀ ਉਹੀ ਨਾਂ ਬਦਲਿਆ ਤੇ ਹੁਣ ਉਹਨਾਂ ਨੂੰ ਹਿੰਦੂ ਕਹਿਣ ਲੱਗ ਪਿਆ ਇਹ ਹਿੰਦੂ ਧਰਮ ਨੇ ਕੋਈ ਨੀ ਹਿੰਦੂ ਸੀਗੇ ਸਿੰਧੂ ਜਿਹੜੇ ਸਿੰਧ ਕੰਢੇ ਰਹਿੰਦੇ ਤੇ ਜੋ ਮੁਸਲਮਾਨ ਨੇ ਉਧਰੋਂ ਹੱਲਾ ਬੋਲਿਆ ਉਹਨਾਂ ਦੀ ਚਾਲ ਚੱਲਣੀ ਦੇਖਿਆ ਤੇ ਉਹਨਾਂ ਨੂੰ ਹਿੰਦੂ ਕਹਿਣਾ ਸ਼ੁਰੂ ਕਰਤਾ ਤੇ ਉਹਦਾ ਜੋ ਅਰਥ ਆ ਉਹ ਤੁਹਾਨੂੰ ਪਤਾ ਮੈਂ ਕਹਿਣਾ ਚਾਹੁੰਦਾ ਤੇ ਇਹ ਸਾਰੇ ਲੋਕਾਂ ਨੂੰ ਦੱਸੋ ਇਹ ਸਾਰੀ ਚਾਲਬਾਜ਼ੀ ਆ ਹਿੰਦੂ ਧਰਮ ਨੀ ਆ ਇੱਕ ਕਮਿਊਨਿਟੀ ਆ ਜਿਹੜੀ ਸਿੰਧ ਕੰਢੇ ਰਹਿੰਦੀ ਤੇ ਜਿਹੜੇ ਲੋਕਾਂ ਦੇ ਮਰ ਲੱਗੇ ਵਾ ਉਹਨਾਂ ਨੂੰ ਦੱਸੋ ਵੀ ਤੁਹਾਡੇ ਇਹ ਹਾਲ ਤੇ ਕਰਦੇ ਜੀ ਇੰਨੀ ਫੇਰ ਕਰਨਾ ਉਹੀ ਕੁਛ ਤੇ ਇਹਨਾਂ ਨੂੰ ਦੇ ਮਗਰ ਲੱਗਣੋਂ ਹਟ ਜਾਓ ਤੇ ਅੰਦਰ ਆਪਣੇ ਜਿਹੜੇ ਹੁਣ ਅਪ੍ਰੈਲ ਸਕੂਲ ਮਹੀਨੇ ਸਕੂਲ ਖੁੱਲੇ ਆ ਇੱਥੇ ਜਿਹੜੇ ਪ੍ਰਾਈਵੇਟ ਸਕੂਲ ਇੱਥੋਂ ਬੇੜਾ ਬੈਠਾ ਹਾਂ 20-25 ਸਾਲ ਨੂੰ ਸਿੱਖੀ ਲੱਭਣੀ ਨਹੀਂ ਹੈ ਇੱਥੇ ਸਾਡੇ ਨਿਆਣਿਆਂ ਨੂੰ ਇਹ ਬਿਲਕੁਲ ਬਰਬਾਦ ਕਰ ਰਹੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਇਹ ਸੰਗਰੂਰ ਸਕੂਲ ਦੀ ਕੱਢ ਕੇ ਦੇਖ ਲਿਓ ਆਪਣੇ ਪੱਤਰ ਪਹਿਰੇਦਾਰ ਅਖਬਾਰ ਦੀ ਮੁੱਦੇ ਤੇ ਆਉਂਦੀ ਆ 22 ਸਤੰਬਰ ਦੀ ਆ ਸੰਗਰੂਰ ਸਕੂਲ ਦੇ ਵਿੱਚ ਉਹ ਪ੍ਰਿੰਸੀਪਲ ਕੁੰਦਨ ਮਾਸਟਰ ਕੋਈ ਉਹ ਆਪਣੇ ਸਰਦਾਰ ਮੁੰਡਿਆਂ ਨੂੰ ਨੌਵੀਂ ਕਲਾਸ ਦਿਆਂ ਨੂੰ ਜਿਹੜੇ ਅਮਰ ਛਕਿਆ ਉਹਨਾਂ ਨੂੰ ਮੱਥੇ ਟੇਕਦਾ ਡੰਡੇ ਨੂੰ ਉਹ ਕਹਿੰਦਾ ਵਾਹਿਗੁਰੂ ਦਾ ਰਿਫੋਰਮਰ ਵਾਹਿਗੁਰੂ ਦਾ ਡੰਡਾ ਮੱਥਾ ਟੇਕੋ ਨੂੰ ਜੀ ਜੀ ਤੇ ਇਹ ਸਾਰੀਆਂ ਚਾਲਾਂ ਜਿਹੜੀਆਂ ਇਹਨਾਂ ਦੀ ਤਾਂ ਹੀ ਫੇਲ ਹੋ ਸਕਦੀਆਂ ਜੇ ਸਾਡੇ 'ਚ ਏਕਤਾ ਹੋਵੇ ਸਾਨੂੰ ਕੋਈ
ਸਿਰ ਦੇ ਮੂਹਰੇ ਲੀਡ ਕਰਨੇ ਵਾਲਾ ਬੰਦਾ ਮਿਲੇ ਤੇ ਸਕੂਲਾਂ ਦੇ ਵਿੱਚੋਂ ਤੁਹਾਨੂੰ ਮੈਂ ਕਿਹਾ ਜੀ ਆਪਣੇ ਆਪਣੇ ਪਿੰਡ ਨੂੰ ਸੰਭਾਲ ਲਓ ਪੰਚਾਇਤਾਂ ਨੂੰ ਛੱਡੋ ਪੰਜ ਪੰਜ ਦਸ ਬੰਦੇ ਕੱਢੋ ਬਜ਼ੁਰਗ ਜਿਹੜੇ ਆਪਣੇ ਮਰਦ ਤੇ ਔਰਤਾਂ ਬੀਬੀਆਂ ਤੇ ਸਰਦਾਰ ਜਿਹੜੇ ਜਿਹਨਾਂ ਨੂੰ ਖਿੱਚ ਹੋਜਦਾ ਤੁਹਾਡੇ ਨੂੰ ਖਿੱਚ ਤੇ ਉਹ ਪਿੰਡ ਨੂੰ ਆਪਣੇ ਨੂੰ ਚਲਾ ਲਓ ਤੇ ਕੁਰਤ ਦੀ ਖੇਤੀ ਕਰੋ ਅਜੇ ਗਾਈਆਂ ਫਿਰ ਫੜ ਕੇ ਜੋੜੋ ਤੇ ਆਪਣੇ ਜਿਹੜੇ ਹਾਈ ਸਕੂਲ ਦੇ ਨਿਆਣੇ ਆ ਉਹ ਟੀਚਰ ਬਣ ਸਕਦੇ ਆਪਣੇ ਤੇ ਥੋੜ੍ਹੇ ਟੀਚ ਕਰ ਸਕਦੇ ਆ ਤੇ ਉਹਨੂੰ 1000-1500 ਰੁਪਇਆ ਦਿਓ ਜਿਹੜੇ ਟੀਚਰ ਮਿਲ ਜਾਂਦੇ 5000 ਨੂੰ ਜਿਹੜੇ ਟੈਂਕੀਆਂ 'ਚ ਚੜੇ ਫਿਰਦੇ ਆ ਉਹ ਰੱਖ ਲਓ ਸਕੂਲਾਂ 'ਚ ਉਹ ਭੇਜ ਦਿਓ ਤੇ ਤੁਸੀਂ 10+2 ਤੱਕ ਪੜ੍ਹਾ ਸਕਦੇ ਗਾਂ ਵੀ ਪੜ੍ਹਾ ਸਕਦੇ ਆ ਤੇ ਉੱਥੋਂ ਸਾਡੀ ਫਿਰ ਸਿੱਖੀ ਵੱਧ ਸਕਦੀ ਆ ਉੱਥੋਂ ਪ੍ਰਚਾਰ ਹੋ ਸਕਦਾ ਤੇ ਨਾਲੇ ਬੱਚਿਆਂ ਦੇ ਵੀ ਗਾਂ ਵੱਧ ਸਕਦੇ ਆ ਬਹੁਤ ਇਹਨਾਂ ਦੀ ਬਹੁਤ ਜਿਹੜਾ ਰੇਖਾ ਤੋੜ ਦਿਓ ਤੇ ਹਾਂਜੀ ਫਿਰ ਅਸੀਂ ਗਾਂ ਵੱਧ ਸਕਦੇ ਹਾਂ ਤੇ ਗੁਰਬਾਣੀ ਦਾ ਪ੍ਰਚਾਰ ਕਰੋ ਆਸਾ ਜੀ ਵਾਰ ਦਾ ਅੱਛਾ ਜੀ ਸਤਿ ਸ਼੍ਰੀ ਅਕਾਲ ਪਾਖਰ ਸਿੰਘ ਜੀ ਹਾਂਜੀ ਹਾਂਜੀ ਤੇ ਮੈਂ ਕਈ ਗੱਲਾਂ ਆਫਲਾਈਨ ਕਰੇ ਮੈਂ ਹੁਣ ਪਤਾ ਨਹੀਂ ਕਿੱਦਾਂ ਤੁਹਾਨੂੰ ਰੀਚ ਕਰਾਂ ਅੱਛਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਹ ਸਨ ਪਾਖਰ ਸਿੰਘ ਹੋਰੀ ਤੇ ਇਹਨਾਂ ਨੇ ਬੜੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਸੋ ਮੈਂ ਤੁਹਾਨੂੰ ਦੱਸ ਦਿਆਂ ਕਿ ਭਗਤ ਪੂਰਨ ਸਿੰਘ ਸਵਰਗਵਾਸੀ ਪਿੰਗਲ ਵਾਲੇ ਵਾਲੇ ਉਹਨਾਂ ਦੇ ਬਾਰੇ ਲਗਾਤਾਰ ਸਾਡੇ ਵੱਲੋਂ ਸਾਡੇ ਚੋਂ ਹੀ ਕੁਝ ਲੋਕਾਂ ਨੂੰ ਲਗਾਤਾਰ ਗੱਲ ਕਰਨੀ ਚਾਹੀਦੀ ਹੈ ਤਾਂ ਜ਼ਰੂਰੀ ਨਹੀਂ ਸਾਰਿਆਂ ਨੂੰ ਕਿਉਂਕਿ ਵੱਖ ਵੱਖ ਜਿਹੜੇ ਪੈਨਲ ਬਣਾ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਕਿ ਜਿਹੜੇ ਲੋਕਾਂ ਨੇ ਸਮਾਜ ਦੇ ਵਿੱਚ ਸੇਵਾ ਕੀਤੀ ਹੈ ਸਿੱਖ ਕੌਮ ਦੇ ਵਿੱਚ ਨਾਮ ਉੱਚਾ ਕੀਤਾ ਸਿੱਖ ਕੌਮ ਦਾ ਸੇਵਾ ਕਰਕੇ ਤਾਂ ਉਹਨਾਂ ਬਾਰੇ ਲਗਾਤਾਰ ਸਾਨੂੰ ਉਹ ਗਰੁੱਪ ਵੱਲੋਂ ਗੱਲ ਕੀਤੀ ਜਾਣੀ ਚਾਹੀਦੀ ਹੈ ਮੀਡੀਆ ਦੇ ਵਿੱਚ ਪ੍ਰਿੰਟ ਮੀਡੀਆ 'ਚ ਇਲੈਕਟ੍ਰੋਨਿਕ ਮੀਡੀਆ 'ਚ ਤੇ ਉਹ ਤਾਂ ਕਿ ਅਸੀਂ ਦੁਨੀਆਂ ਭਰ ਦੇ ਵਿੱਚ ਉਹਨਾਂ ਦਾ ਜ਼ਿਕਰ ਕਰ ਸਕੀਏ ਤੇ ਦੂਜੇ ਪਾਸੇ ਜਿਹੜੇ ਸੱਜਣਾ ਨੇ ਬਲਬੀਰ ਸਿੰਘ ਸੀਨੀਅਰ ਵਰਗੇ ਲੋਕਾਂ ਨੇ ਮੈਨੂੰ ਲੱਗਦਾ ਕਿ ਕਿਸੇ ਖੇਡ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਉਹਨਾਂ ਨੂੰ ਭਾਰਤ ਵੱਲੋਂ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹਦੇ ਬਾਰੇ ਵੀ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਲਗਾਤਾਰ ਜਿਹੜੀ ਹੈ ਉਹ ਗੱਲ ਕਰਨੀ ਚਾਹੀਦੀ ਹੈ ਤੇ ਇੱਕ ਕਾਲਰ ਸਾਡੇ ਨਾਲ ਹੋਰ ਜੁੜੇ ਨੇ ਤੇ ਮੈਂ ਬੇਨਤੀ ਕਰਦਾ ਉਹਨਾਂ ਨੂੰ ਕਿ ਉਹ ਗੱਲ ਕਰਨਗੇ ਸਾਡੇ ਨਾਲ ਉਹਨਾਂ ਦਾ ਨੰਬਰ ਹੈ ਜੀ 1984 ਕਾਫੀ ਇਹ ਸੱਜਣ ਉਹਨਾਂ ਨਾਲ ਸਾਡੀ ਗੱਲਬਾਤ ਹੁੰਦੀ ਰਹੀ ਹੈ ਅੱਗੇ ਕੁਲਜੀਤ ਸਿੰਘ ਮੈਨੂੰ ਨਾਮ ਯਾਦ ਆ ਗਿਆ ਇਹਨਾਂ ਦਾ ਕੁਲਜੀਤ ਸਿੰਘ ਸਾਡੇ ਨਾਲ ਜੁੜੇ ਨੇ ਕੈਨੇਡਾ ਤੋਂ 1984 ਇਹਨਾਂ ਦਾ ਨੰਬਰ ਹੈ ਜੀ ਹਾਂਜੀ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਸਵਾਗਤ ਹੈ ਜੀ ਤੁਹਾਡਾ 2 ਮਿੰਟ ਦਾ ਸਮਾਂ ਜੀ ਹਾਂਜੀ ਸੁਰਿੰਦਰ ਸਿੰਘ ਜੀ ਤੁਹਾਡਾ ਧੰਨਵਾਦ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਸਿੱਖ ਸਮਾਜ ਹੈ ਬੁਰੀ ਤਰ੍ਹਾਂ ਪਛੜਿਆ ਪਿਆ ਆ ਔਰ ਇਹ ਪਛੜਿਆ ਜੇ ਤੁਸੀਂ ਇੱਕ ਵਿਸ਼ੇ ਦੀ ਗੱਲ ਕਰੋ ਤਾਂ ਉਹ ਗਲਤ ਹੋਏਗਾ ਤੁਸੀਂ ਸਿੱਖ ਧਰਮ ਦਾ ਜਿਹੜਾ ਮਰਜ਼ੀ ਵਿਸ਼ਾ ਫੜ ਲਵੋ ਅਸੀਂ ਉੱਥੋਂ ਵੀ ਪਛੜ ਗਏ ਹਾਂ ਹਰ ਜਗ੍ਹਾ ਤੋਂ ਜਿਹੜਾ ਮਰਜ਼ੀ ਵਿਸ਼ਾ ਛੋੜ ਲਵੋ ਧਾਰਮਿਕ ਰਾਜਨੀਤਿਕ ਆਰਥਿਕ ਔਰ ਇੱਥੋਂ ਤੱਕ ਕਿ ਦੁਨੀਆਂ ਦੇ ਵਿੱਚ ਹਰ ਧਰਮ ਫੈਲਿਆ ਹਰ ਧਰਮ ਦਾ ਫੈਲਾਓ ਹੋਇਆ ਗਿਣਤੀ ਵਧੀ ਆ ਹਿੰਦੂ ਮੁਸਲਮਾਨ ਮਸਾਈ ਬੋਧੀ ਜੈਨੀ ਪਰ ਦੁਨੀਆਂ ਦੇ ਵਿੱਚ ਇੱਕ ਧਰਮ ਆ ਉਹਦਾ ਨਾਂ ਹੈ ਸਿੱਖ ਜਦੋਂ ਇਸ ਧਰਤੀ ਤੇ ਸਾਡੇ ਗੁਰੂ ਸਾਹਿਬਾਨ ਸਨ ਰਹਿਬਰ ਸੀ ਉਦੋਂ ਇਹਨਾਂ ਦੀ ਗਿਣਤੀ ਜ਼ਿਆਦਾ ਸੀ ਅੱਜ ਇਹਨਾਂ ਦੀ ਗਿਣਤੀ ਘੱਟ ਆ ਦੱਸੋ ਇੱਥੇ ਕੀ ਕਹੋਗੇ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਸਿੱਖ ਧਰਮ ਆ ਉਹਦਾ ਹਰ ਵਿਸ਼ਾ ਜਿਹੜਾ ਮਰਜ਼ੀ ਛੇੜ ਕੇ ਦੇਖ ਲਓ ਤੁਹਾਨੂੰ ਦੁੱਖਾਂ ਤਕਲੀਫਾਂ ਤੋਂ ਔਰ ਉਜਾੜੇ ਤੋਂ ਸਿਵਾਏ ਤੁਹਾਨੂੰ ਕੱਖ ਵੀ ਨਜ਼ਰ ਨਹੀਂ ਆਉਂਦਾ ਤੁਹਾਡੇ ਕੋਲ ਟਾਈਮ ਥੋੜਾ ਤੇ ਬਾਕੀ ਫੇਰ ਸਹੀ ਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੁਲਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲ ਤਾਂ ਤੁਹਾਡੀ ਠੀਕ ਹੈ ਪਰ ਮੇਰੇ ਵੱਲੋਂ ਅਜਿਹੇ ਵਿਸ਼ੇ ਰੇਡੀਓ ਦੇ ਉੱਤੇ ਚਰਚਾ ਦੇ ਲਈ ਲੈ ਕੇ ਆਉਣ ਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਅਸੀਂ ਲਗਾਤਾਰ ਸਾਨੂੰ ਨਾ ਪੱਖੀ ਗੱਲਾਂ ਕਰ ਰਹੇ ਹਾਂ ਅਸੀਂ ਤੇ ਨੈਗੇਟਿਵ ਹੀ ਗੱਲਾਂ ਕਰ ਰਹੇ ਸੁਰਿੰਦਰ ਸਿੰਘ ਇਹਨਾਂ ਦਾ ਇੱਕ ਕਾਰਨ ਹੈ ਇੱਕ ਮੰਤਵ ਹੈ ਟੀਚਾ ਹੈ ਇਹਦਾ ਕਿ ਅਸੀਂ ਜਾਗਰੂਕ ਹੋਈਏ ਤੇ ਅਸੀਂ ਇਸ ਪਾਸੇ ਵੱਲ ਸੋਚਣਾ ਸ਼ੁਰੂ ਕਰੀਏ ਜੇਕਰ ਅਸੀਂ ਸੋਚਾਂਗੇ ਤਾਂ ਹਾਂ ਪੱਖੀ ਨਤੀਜੇ ਨਿਕਲਣਗੇ
ਤੇ ਜੇ ਸੋਚਾਂਗੇ ਤਾਂ ਅਸੀਂ ਕੁਝ ਕਰਾਂਗੇ ਵੀ ਤੇ ਅਸੀਂ ਕਿਤੇ ਨਾ ਕਿਤੇ ਗੱਲ ਕਰਨੀ ਸ਼ੁਰੂ ਕਰਾਂਗੇ ਇਹਦੇ ਬਾਰੇ। ਸੋ ਬਿਲਕੁਲ ਬਹੁਤ ਚੰਗੇ ਵਿਚਾਰ ਨੇ ਤੁਹਾਡੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਜ ਦੀ ਇਹ ਗੱਲਬਾਤ ਅਸੀਂ ਕੀਤੀ ਹੈ ਜੀ ਪਿੰਗਲਵਾੜੇ ਵਾਲੇ ਪ੍ਰੋਫੈਸਰ ਭਗਤ ਪੂਰਨ ਸਿੰਘ ਜੀ, ਭਗਤ ਪੂਰਨ ਸਿੰਘ ਜੀ ਬਾਰੇ। ਸਵਰਗਵਾਸੀ ਨੇ ਪਦਮ ਸ਼੍ਰੀ ਅਵਾਰਡ ਮਿਲਿਆ ਸੀ ਉਹਨਾਂ ਨੂੰ 1984 ਦੇ ਵਿੱਚ, ਉਹਨਾਂ ਨੇ ਵਾਪਸ ਕਰ ਦਿੱਤਾ ਸੀ, ਮੋੜ ਦਿੱਤਾ ਸੀ, ਉਹ ਠੁਕਰਾ ਦਿੱਤਾ ਸੀ। ਤੇ ਬਲਬੀਰ ਸਿੰਘ ਸੀਨੀਅਰ ਹਾਕੀ ਦੇ ਬੇਤਾਜ ਬਾਦਸ਼ਾਹ ਨੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਹੈ। ਮੈਨੂੰ ਲੱਗਦਾ ਕਿ ਅਸੀਂ ਉਸ ਜਿਸ ਨੁਕਤਾ ਨਿਗਾਹ ਤੋਂ ਮੈਂ ਗੱਲਬਾਤ ਕਰਨੀ ਚਾਹੁੰਦਾ ਸੀ ਉਸ ਦੇ ਵਿੱਚ ਕਾਮਯਾਬ ਹੋਇਆ ਹੋਵਾਂਗਾ। ਤੇ ਜੇਕਰ ਕਿਤੇ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਤੁਸੀਂ ਫੇਸਬੁੱਕ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਜਾਂ ਰੇਡੀਓ ਵਾਇਸ ਆਫ ਖਾਲਸਾ ਦਾ ਜੋ ਪੇਜ ਹੈ ਉਹਦੇ ਤੇ ਤੁਸੀਂ ਇਨਬੋਕਸ ਕਰਕੇ ਜਾਂ ਸਿੱਧੇ ਤੌਰ ਦੇ ਉੱਤੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦਾ ਇਹ ਪ੍ਰੋਗਰਾਮ ਬਰਨ ਇਨ ਕੈਨੇਡਾ ਤੋਂ ਦੁਖੀਆ ਪਰਿਵਾਰ ਵੱਲੋਂ ਸਪੋਂਸਰ ਕੀਤਾ ਗਿਆ ਸੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਮੈਨੂੰ ਇਜਾਜ਼ਤ ਦਿਓ, ਕੱਲ ਫੇਰ ਮਿਲਾਂਗੇ, ਉਦੋਂ ਤੱਕ ਲਈ ਸੁਣਦੇ ਰਹੋ ਤੁਸੀਂ।